ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਆ ਰਹੇ ਹੈ ਔਰ ਉਹਨਾਂ ਨੂੰ ਸਤਿਗੁਰੂ ਜੀ ਬਹੁਤ ਹੀ ਬਖਸ਼ਿਸ਼ਾਂ ਭਰਿਆ ਉਪਦੇਸ਼ ਆਪਣੇ ਦਰੋਂ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਬਹੁਤ ਹੀ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ਼੍ਰੀ ਸਤਿਗੁਰ ਇੱਕ ਦਿਨ ਥਿਰੇ। ਸ਼੍ਰੋਮਣੀ ਸੱਚੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਵਾਨ ਵਿੱਚ ਸੁਭਾਈਮਾਨ ਹੋ ਕੇ ਗੁਰੂ ਕਾ ਬਾਗ ਜਿੱਥੇ ਅਸਥਾਨ ਹੈ, ਜਿਸ ਅਸਥਾਨ ਨੂੰ ਅੱਜ ਆਪਾਂ ਮੰਜੀ ਸਾਹਿਬ ਦੀਵਾਨ ਹਾਲ ਵਜੋਂ ਜਾਣਦੇ ਹਾਂ, ਇਸ ਦੀਵਾਨ ਹਾਲ ਦੇ ਨਾਲ ਹੀ ਸੰਗੇ ਮਰਮਰ ਦਾ ਮੰਜੀ ਸਾਹਿਬ ਬੜਾ ਸੁੰਦਰ ਸੁਭਾਈਮਾਨ ਹੈ, ਸੰਗੇ ਮਰਮਰ ਦੀ ਪਾਲਕੀ ਹੈ। ਇੱਥੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ, ਅੱਗੇ ਬੜਾ ਸੁੰਦਰ ਬਾਗ ਲੱਗਿਆ ਹੁੰਦਾ ਸੀ, ਸਾਰੀਆਂ ਸੰਗਤਾਂ ਨੇ ਬਾਗ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਆਪ ਪਰਮ ਪਵਿੱਤਰ ਉਪਦੇਸ਼ ਸਰਵਣ ਕਰਿਆ ਕਰਦੀਆਂ ਸਨ। ਇਸ ਅਸਥਾਨ ਨੂੰ ਪਹਿਲਾਂ ਗੁਰੂ ਕਾ ਬਾਗ ਆਖਿਆ ਜਾਂਦਾ ਸੀ। ਅੱਜ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਦੇ ਔਰ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਸਰਾਵਾਂ ਵਾਲੇ ਪਾਸਿਓਂ ਜਿਹੜਾ ਰਾਹ ਜਾਂਦਾ ਹੈ ਉਸ ਰਸਤੇ ਤੋਂ ਪਹਿਲਾਂ ਭਾਵ ਲੰਗਰ ਤੋਂ ਔਰ ਉਸ ਰਸਤੇ ਦੇ ਵਿਚਕਾਰ ਉਸ ਬਾਗ ਦੀ ਨਿਸ਼ਾਨੀ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਜਿਉਂ ਦਾ ਤਿਉਂ ਰੱਖ ਕੇ ਸੰਭਾਲਿਆ ਹੋਇਆ ਹੈ ਸੰਗਤਾਂ ਦੇ ਦਰਸ਼ਨਾਂ ਵਾਸਤੇ। ਔਰ ਉੱਥੇ ਥੋੜ੍ਹਾ ਬਗੀਚਾ ਵੀ ਲੱਗਾ ਹੋਇਆ, ਬੜਾ ਨਿਰਮਲ ਹਰਾ ਹਰਾ, ਬਹੁਤ ਹੀ ਕੋਮਲ ਘਾਹ ਵੀ ਲੱਗਾ ਹੋਇਆ ਹੈ। ਉਹ ਸਾਰੀ ਗੁਰੂ ਕੇ ਬਾਗ ਦੀ ਨਿਸ਼ਾਨੀ ਵਜੋਂ ਇਹ ਜਗ੍ਹਾ ਅੱਜ ਵੀ ਇਤਿਹਾਸਕ ਤੌਰ 'ਤੇ ਸੰਭਾਲੀ ਹੋਈ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੰਭਾਲੀ ਰਹਿਣੀ ਚਾਹੀਦੀ ਹੈ, ਤਾਂ ਕਿ ਸੰਗਤਾਂ ਨੂੰ ਇਸ ਗੱਲ ਦੀ ਗਿਆਤ ਰਹੇ ਕਿ ਗੁਰੂ ਕੇ ਬਾਗ ਨੂੰ ਕਿਹੜੀ ਜਗ੍ਹਾ ਵਜੋਂ ਸੰਗਤਾਂ ਜਾਣਦੀਆਂ ਹਨ, ਕਿ ਗੁਰੂ ਕਾ ਬਾਗ ਕਿਹੜਾ ਸੀ ਜਿੱਥੇ ਬੈਠ ਕੇ ਸਤਿਗੁਰੂ ਜੀ ਸੰਗਤਾਂ ਨੂੰ ਦੀਦਾਰ ਦਿਆ ਕਰਦੇ ਸਨ। ਸੋ ਇਸ ਗੁਰੂ ਕੇ ਬਾਗ ਮੰਜੀ ਸਾਹਿਬ 'ਤੇ ਸਤਿਗੁਰੂ ਮਹਾਰਾਜ ਜੀ ਦਾ ਸੁੰਦਰ ਦੀਵਾਨ ਲੱਗਾ ਹੋਇਆ ਹੈ ਔਰ ਪਾਵਨ ਸਿੰਘਾਸਨ ਉੱਤੇ ਸਤਿਗੁਰੂ ਜੀ ਸਜੇ ਹੋਏ ਹਨ। ਸੰਗਤ ਦਰਸਤ ਆਏ, ਚਾਰੇ ਦਿਸ਼ਾਵਾਂ ਤੋਂ ਉੱਤਰ ਦੱਖਣ ਪੂਰਬ ਤੋਂ ਸੰਗਤਾਂ ਆ ਕੇ ਹਜ਼ੂਰ ਦੇ ਦਰਸ਼ਨ ਕਰ ਰਹੀਆਂ ਹਨ। ਸਿੱਖ ਤਲੋਕਾ ਨਾਮ ਜਿਸ, ਇਹ ਭਾਈ ਤਲੋਕਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਸਿੱਖ ਹੈ, ਇਸ ਦਾ ਨਾਮ ਭਾਈ ਤਲੋਕਾ ਹੈ। ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗਜਨੀ ਤੋਂ ਬੜੀ ਦੂਰੋਂ ਚੱਲ ਕੇ ਆਇਆ ਸੰਗਤ ਜੀ। ਗਜਨੀ ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੈ ਕਿ ਗਜਨੀ ਦੇ ਵਿੱਚ ਹਿੰਦ ਦੀਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਨ ਕੈਦ ਕਰਕੇ ਲੈ ਕੇ ਜਾਂਦੇ ਤਾਂ ਗਜਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਨਾਲ ਇੱਕ ਇੱਕ ਸੁੰਦਰ ਲੜਕੀ ਨੂੰ ਵੇਚ ਦਿੰਦੇ ਸਨ ਮੁਗਲਾਂ ਕੋਲੇ, ਪਠਾਣਾਂ ਕੋਲੇ। ਸੋ ਬੜਾ ਜ਼ੁਲਮ ਹੋਇਆ ਸਾਧ ਸੰਗਤ ਜੀ ਇਸ ਧਰਤੀ ਦੇ ਉੱਤੇ। ਇਹ ਤਾਂ ਗੁਰੂ ਕੇ ਖਾਲਸੇ ਨੂੰ ਕਲਗੀਧਰ ਪਾਤਸ਼ਾਹ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਲ ਬਖਸ਼ਿਆ, ਤਾਕਤ ਬਖਸ਼ੀ, ਸਮਰੱਥਾ ਬਖਸ਼ੀ, ਜਿਨ੍ਹਾਂ ਨੇ ਐਡੇ ਵੱਡੇ ਜਰਵਾਣਿਆਂ ਨਾਲ
ਆਪਣੀਆਂ ਫੌਲਾਦੀ ਛਾਤੀਆਂ ਦੇ ਨਾਲ ਸਾਧ ਸੰਗਤ ਜੀ ਮੁੱਠੀ ਭਰ ਖਾਲਸਾ ਮੁਕਾਬਲਾ ਕਰਦਾ ਰਿਹਾ ਔਰ ਇਸ ਦੇਸ਼ ਦੀ ਇੱਜ਼ਤ ਨੂੰ ਇਸ ਦੇਸ਼ ਦੀ ਪੱਤ ਆਬਰੋ ਨੂੰ ਵਾਪਸ ਲੈ ਕੇ ਆਉਂਦਾ ਰਿਹਾ ਅਤੇ ਉਹਨਾਂ ਦੇ ਘਰਾਂ ਵਿੱਚ ਸਹੀ ਸਲਾਮਤ ਸੁਰੱਖਿਅਤ ਬਾ ਇੱਜ਼ਤ ਉਹਨਾਂ ਨੂੰ ਪਹੁੰਚਾਇਆ ਕਰਦਾ। ਇਹ ਖਾਲਸੇ ਦੇ ਪਰਉਪਕਾਰ ਹਨ, ਇਹ ਖਾਲਸੇ ਦੀ ਬਹੁਤ ਵੱਡੀ ਕੁਰਬਾਨੀ ਹੈ। ਇਸ ਕਰਕੇ ਉਹ ਗਜਨੀ ਦਾ ਨਾਮ ਬੜਾ ਪ੍ਰਸਿੱਧ ਹੈ ਸਾਡੇ ਇਤਿਹਾਸ ਵਿੱਚ। ਇਹ ਭਾਈ ਤਲੋਕਾ ਜੀ ਉਸ ਗਜਨੀ ਸ਼ਹਿਰ ਵਿੱਚੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹਨ। ਚਰਨ ਕਮਲ ਸਿਰ ਲਾਏ, ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ 'ਤੇ ਆਪਣਾ ਮਸਤਕ ਲਾ ਕੇ ਬੜੇ ਅਦਬ ਨਾਲ ਸਤਿਗੁਰਾਂ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਚੌਪਈ ਹੱਥ ਜੋੜ ਕਰ, ਹੱਥ ਜੋੜ ਤੈਨ ਅਰਜ ਗੁਜ਼ਾਰੀ। ਭਾਈ ਤਲੋਕਾ ਜੀ ਨੇ ਹੱਥ ਜੋੜ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਆਪਣੇ ਵੱਲੋਂ। ਮੈਂ ਆਇਓ ਪ੍ਰਭ ਸ਼ਰਨ ਤੁਮਾਰੀ। ਹੇ ਮਾਲਕ ਸਤਿਗੁਰੂ ਜੀ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਜਿਸ ਤੇ ਮੇਰੋ ਹੋਏ ਕਲਿਆਣਾ, ਜਿਸ ਕਰਕੇ ਮੇਰੀ ਕਲਿਆਣ ਮੁਕਤੀ ਹੋ ਜਾਏ, ਜੰਮਣ ਮਰਨ ਮੇਰਾ ਕੱਟਿਆ ਜਾਏ। ਜੁਗ ਲੋਕਨ ਮਹਿ ਆਨੰਦ ਮਹਾਨਾ। ਮਹਾਰਾਜ, ਦੋਨੋਂ ਲੋਕਾਂ ਵਿੱਚ ਕੱਲੀ ਮੁਕਤੀ ਮਿਲ ਜਾਏ ਉਹਦੇ ਨਾਲ ਕੰਮ ਨਹੀਂ ਸੌਰਨਾ। ਮਹਾਰਾਜ, ਪਰਲੋਕ ਵਿੱਚ ਵੀ ਮੇਰੀ ਰੱਖਿਆ ਕਰਿਓ, ਪਰਲੋਕ ਵਿੱਚ ਵੀ ਮੇਰਾ ਜੰਮਣ ਮਰਨ ਮੇਟ ਕੇ ਜਮਾਂ ਤੋਂ ਹੱਥ ਦੇ ਕੇ ਮੇਰੀ ਰੱਖਿਆ ਕਰੋ, ਮੈਨੂੰ ਮੁਕਤੀ ਦਾ ਆਨੰਦ ਬਖਸ਼ੋ ਅਤੇ ਇਸ ਲੋਕ ਵਿੱਚ ਵੀ ਮੈਨੂੰ ਸਾਰੇ ਸੁੱਖ ਬਖਸ਼ੋ। ਜੋ ਸੁੱਖ ਨਿੱਤ ਦੇ ਵਰਤੋਂ ਦੇ ਵਿੱਚ ਆਉਣ ਵਾਲੇ ਹੈ, ਇਸ ਕਰਕੇ ਇਹਨਾਂ ਸੁੱਖਾਂ ਦੀ ਵੀ, ਦੋਨੋਂ ਲੋਕਾਂ ਦੇ ਸੁੱਖ ਬਖਸ਼ਿਸ਼ ਕਰੋ। ਅਸ ਮੁਝ ਕੋ ਦੀਜੈ ਉਪਦੇਸ਼, ਇਹੋ ਜਿਹਾ ਉਪਦੇਸ਼ ਦਿਓ ਕਿ ਦੋਨਾਂ ਲੋਕਾਂ ਵਿੱਚ ਹੀ ਮੈਨੂੰ ਆਨੰਦ ਪ੍ਰਾਪਤ ਹੋਵੇ, ਸੁੱਖ ਮਿਲੇ। ਸੁਣਤ ਕਮਾਵਤ ਨਸੈ ਕਲੇਸ਼, ਜਿਸ ਉਪਦੇਸ਼ ਨੂੰ ਸੁਣ ਕੇ ਫਿਰ ਅੱਗੇ ਕਮਾ ਕੇ ਧਾਰਨ ਕਰਕੇ ਮੇਰੇ ਸਾਰੇ ਨਾਸ਼ ਹੋ ਜਾਣ, ਜਿੰਨੇ ਵੀ ਪਾਪ ਹਨ, ਜਿੰਨੇ ਵੀ ਦੁੱਖ ਸੰਕਟ ਹਨ, ਸਾਰਿਆਂ ਦਾ ਨਾਸ਼ ਹੋ ਜਾਏ। ਸੁਣ ਸਤਿਗੁਰ ਕਰ ਦਇਆ ਸੁਣਾਈ। ਉਸ ਸਮੇਂ ਸਤਿਗੁਰੂ ਜੀ ਨੇ ਸੁਣ ਕਰਕੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਦਿਆਲਤਾ ਕਰਕੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਭਾਈ ਤਲੋਕਾ ਜੀ ਨੂੰ ਉਪਦੇਸ਼ ਦਿੱਤਾ। ਸਤਨਾਮ ਸੋ ਰਹੋ ਲਿਵਲਾਈ। ਇਹ ਗੁਰਸਿੱਖ ਜੋ ਨਾਮ ਗੁਰੂ ਘਰ ਵਿੱਚੋਂ ਮਿਲਦਾ ਹੈ, ਉਸ ਨਾਮ ਨੂੰ ਪ੍ਰਾਪਤ ਕਰਕੇ ਆਪਣੀ ਸੁਰਤ, ਆਪਣਾ ਧਿਆਨ, ਆਪਣੀ ਲਿਵ ਅੱਠੇ ਪਹਿਰ ਨਾਮ ਵਿੱਚ, ਵਾਹਿਗੁਰੂ ਨਾਮ ਵਿੱਚ, ਮੂਲ ਮੰਤਰ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ ਆਪਣੀ ਲਿਵ ਜੋੜ ਕੇ ਰੱਖਣੀ ਹੈ। ਉਠਤ ਬੈਠਤ ਆਵਤ ਜਾਤੇ, ਉੱਠਦਿਆਂ ਬੈਠਦਿਆਂ ਆਉਂਦਿਆਂ ਜਾਂਦਿਆਂ ਮੈਂ ਸਿਮਰਨ ਤਿਆਗੋ ਦਿਨ ਰਾਤੇ, ਅਤੇ ਰਾਤ ਦਿਨ ਸਿਮਰਨ ਕਰਨਾ ਨਹੀਂ ਛੱਡਣਾ। ਇਹ ਜੁਗਤੀ ਦੱਸੀ ਹੈ, ਤਰੀਕਾ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਤਾਂ ਨਹੀਂ ਤੂੰ ਨਾਮ ਜਪ ਸਕਦਾ, ਬੜਾ ਕਠਿਨ ਹੈ, ਕਿਰਤ ਵੀ ਕਰਨੀ ਹੈ, ਪਰ ਸੁਖੈਨ ਸਾਧਨ ਦੱਸਦੇ ਹਾਂ ਕਿ ਜਦੋਂ ਉੱਠੇ ਉਦੋਂ ਵੀ ਵਾਹਿਗੁਰੂ, ਜਦੋਂ ਬੈਠਣਾ ਉਦੋਂ ਵੀ ਵਾਹਿਗੁਰੂ, ਜਦੋਂ ਰਸਤੇ ਵਿੱਚ ਆਉਣਾ ਜਾਣਾ ਉਦੋਂ ਵੀ ਸਿਮਰਨ ਕਰਨਾ। ਇਸ ਕਰਕੇ ਦਿਨ ਰਾਤ ਵਾਹਿਗੁਰੂ ਨੂੰ ਚੇਤੇ ਰੱਖਣਾ, ਪਰਮੇਸ਼ਰ ਨੂੰ ਕਦੇ ਭੁੱਲਣਾ ਨਹੀਂ, ਵਾਹਿਗੁਰੂ ਤੋਂ ਕਦੇ ਬੇਮੁਖ ਨਹੀਂ ਹੋਣਾ। ਪਰਮੇਸ਼ਰ ਭਾਣੇ ਕੋ ਮਾਨ, ਜੋ ਵਾਹਿਗੁਰੂ ਦੀ ਰਜ਼ਾ ਹੋਵੇ ਉਹਨੂੰ ਸਤ ਕਰਕੇ ਮੰਨਣਾ ਹੈ, ਪਰਮੇਸ਼ਰ 'ਤੇ ਕਦੇ ਸ਼ੰਕਾ ਨਹੀਂ ਕਰਨੀ, ਪਰਮੇਸ਼ਰ 'ਤੇ ਕਦੇ ਰੋਸ ਨਹੀਂ ਕਰਨਾ,
ਤੇ ਵਾਹਿਗੁਰੂ ਪਰਮੇਸ਼ਰ ਨੂੰ ਕਦੇ ਦੋਸ਼ ਨਹੀਂ ਦੇਣਾ। ਇਸ ਕਰਕੇ ਉਹਦੇ ਭਾਣੇ ਨੂੰ ਉਹਦੀ ਰਜ਼ਾ ਨੂੰ ਸਤ ਕਰਕੇ ਮੰਨਣਾ ਹੈ। ਹਰ ਕੋ ਭਲੀ ਕਰਹਿ ਇਮ ਆ ਜਾਨ, ਇਹ ਜਾਣ ਕੇ ਕਿ ਜੋ ਪਰਮੇਸ਼ਰ ਕਰਦਾ ਇਹ ਮੇਰੇ ਭਲੇ ਲਈ ਕਰਦਾ, ਇਸ ਵਿੱਚ ਪ੍ਰਸੰਨ ਰਹਿਣਾ ਆਨੰਦ ਰਹਿਣਾ ਹੈ। ਦੋਸ਼ ਆਰੋਪੋ ਕੋਈ ਨਾ ਪ੍ਰਭ ਮੈਂ, ਔਰ ਪਰਮੇਸ਼ਰ ਵਿੱਚ ਕੋਈ ਦੋਸ਼ ਨਹੀਂ ਲਾਉਣਾ। ਸਾਡਾ ਜੀਵਨ ਕਿਹੋ ਜਿਹਾ ਹੈ, ਚੰਗਾ ਹੁੰਦਾ ਤਾਂ ਆਪਾਂ ਬੜੇ ਹਉਮੈ ਵਿੱਚ ਹੁੱਬ ਹੁੱਬ ਕੇ ਗੱਲ ਆਖਦੇ ਹਾਂ, ਮੈਂ ਕੀਤਾ ਮੈਂ ਕੀਤਾ, ਜਿਵੇਂ ਬੱਕਰੀ ਮੈਂ ਕਰਦੀ ਇੱਦਾਂ ਬੰਦਾ ਮੈਂ ਕਰਦਾ ਫਿਰ। ਅਤੇ ਜੇ ਕੋਈ ਆਪਣੀ ਮਰਜ਼ੀ ਦੇ ਉਲਟ ਹੋ ਜਾਏ, ਰੱਬ ਨੇ ਸਾਡੇ ਨਾਲ ਆਹ ਕਰ ਦਿੱਤਾ, ਰੱਬ ਨੇ ਸਾਨੂੰ ਆਹ ਦੁੱਖ ਦੇ ਤੇ ਤਕਲੀਫ ਦੇ ਤੀ, ਸਾਡਾ ਤਾਂ ਕੋਈ ਦੋਸ਼ ਹੀ ਨਹੀਂ ਸੀ, ਰੱਬ ਨੇ ਸਾਨੂੰ ਬੇਗੁਨਾਹਾਂ ਨੂੰ ਹੀ ਮਾਰ ਦਿੱਤਾ, ਰੱਬ ਨੂੰ ਹੀ ਬੁਰਾ ਭਲਾ ਆਖਣ ਲੱਗ ਜਾਣਾ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਵਿੱਚ ਕੋਈ ਦੋਸ਼ ਨਹੀਂ ਦੇਣਾ, ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਸਾਡੇ ਕਰਮਾਂ ਦਾ ਦੋਸ਼ ਹੈ ਸੰਗਤ ਜੀ, ਸਾਡੀ ਇੱਕ ਜਨਮ ਦੀ ਤਾਂ ਕਰਮਾਂ ਦੀ ਖੇਡ ਨਹੀਂ ਨਾ ਹੈ, ਪਤਾ ਨਹੀਂ ਪਿਛਲੇ ਜਨਮਾਂ ਦੇ ਵਿੱਚ ਅਸੀਂ ਕਿਹੜੇ ਪਾਪ ਕੀਤੇ ਹੁੰਦੇ ਹੈ ਜਿਨ੍ਹਾਂ ਦਾ ਫਲ ਇੱਕ ਜੀਵਨ ਨਹੀਂ ਭੋਗ ਪਾਉਂਦਾ। ਇੱਕ ਬਜ਼ੁਰਗ ਇੰਨੀ ਦੌਲਤ ਕਮਾਉਂਦਾ ਕਿ ਉਹਦੀ ਇੱਕ ਪੀੜ੍ਹੀ ਨਹੀਂ ਵਰਤ ਸਕਦੀ, ਦੋ ਪੀੜ੍ਹੀਆਂ ਤੋਂ ਨਹੀਂ ਮੁੱਕਦਾ, ਤੀਜੀ ਤੋਂ ਨਹੀਂ, ਚੌਥੀ ਤੋਂ ਨਹੀਂ, ਦਸ ਦਸ ਪੀੜ੍ਹੀਆਂ ਤੱਕ ਉਹ ਆਪਣੇ ਬਜ਼ੁਰਗਾਂ ਦੀ ਕਮਾਈ ਨੂੰ ਵਰਤਦੇ ਹੈ, ਖਾਂਦੇ ਹੈ, ਭੋਗਦੇ ਹੈ, ਭੁੰਚਦੇ ਹੈ। ਇਸੇ ਤਰ੍ਹਾਂ ਕਰਮਾਂ ਦਾ ਖਜ਼ਾਨਾ ਹੈ, ਪਤਾ ਨਹੀਂ ਕਿਹੜੇ ਕਰਮ ਵਿੱਚ ਕਿਹੜਾ ਗੁਨਾਹ ਹੋਇਆ, ਉਸ ਦਾ ਜ਼ਰੂਰੀ ਫਲ ਇਹ ਨਹੀਂ ਕਿ ਅਸੀਂ ਪਿਛਲੇ ਜਨਮ ਵਿੱਚ ਹੀ ਭੋਗ ਲਿਆ, ਉਹਦਾ ਫਲ ਸਾਨੂੰ ਪਤਾ ਨਹੀਂ ਕਿਹੜੇ ਕਿਹੜੇ ਜਨਮ ਵਿੱਚ ਭੋਗਣਾ ਪੈਂਦਾ। ਇਹਨੂੰ ਸੰਚਿਤ ਕਰਮਾਂ ਦਾ ਖਜ਼ਾਨਾ ਕਿਹਾ ਜਾਂਦਾ, ਜਿਹੜੇ ਕਰਮ ਸਾਡੇ ਸੰਚਿਤ ਹੋਏ ਆ ਇਕੱਠੇ, ਜਿਹੜੇ ਹੁਣ ਕਰ ਰਹੇ ਹਾਂ ਇਹ ਵੀ ਸੰਚਿਤ ਹੋਈ ਜਾਂਦੇ ਆ, ਸੰਚਿਤ ਕਰਮ ਇਸ ਨੂੰ ਕਿਹਾ ਜਾਂਦਾ, ਜਮ੍ਹਾਂ ਹੋ ਜਾਣੇ ਕਰਮਾਂ ਦਾ ਖਜ਼ਾਨਾ। ਔਰ ਫਿਰ ਉਹ ਸਮੇਂ ਸਮੇਂ ਵਾਰੀ ਸਿਰ ਆਉਂਦਾ ਅੱਗੇ ਅੱਗੇ, ਕਦੇ ਦੁੱਖ ਆਈ ਜਾਂਦੇ ਆ ਜੇ ਪਾਪ ਕੀਤੇ ਆ, ਬੁਰੇ ਕਰਮ ਕੀਤੇ ਆ, ਜੇ ਚੰਗੇ ਕੀਤੇ ਫਿਰ ਉਨੇ ਸਮੇਂ ਲਈ ਅੱਗੇ ਅੱਗੇ ਸੁੱਖ ਆਈ ਜਾਂਦੇ ਆ। ਪਰਮੇਸ਼ੁਰ ਕਿਸੇ ਨੂੰ ਦੁੱਖ ਨਹੀਂ ਦਿੰਦਾ, ਪਰਮੇਸ਼ੁਰ ਕਿਸੇ ਦਾ ਬੁਰਾ ਨਹੀਂ ਕਰਦਾ, ਇਹ ਸਾਡੇ ਕਰਮਾਂ ਕਰਕੇ ਸਾਨੂੰ ਦੁੱਖ ਮਿਲਦੇ ਆ, ਮਾੜੇ ਕਰਮਾਂ ਕਰਕੇ ਪਾਪਾਂ ਕਰਕੇ ਦੁੱਖ ਮਿਲਦੇ ਆ, ਸੰਕਟ ਮਿਲਦੇ ਆ। ਚੰਗੇ ਨੇਕ ਪੁੰਨ ਦੇ ਕਰਮ ਕੀਤੇ ਹੋਣ, ਪੁੰਨ ਕਰਮ ਕੀਤੇ ਹੋਏ ਹੋਣ, ਫਿਰ ਸੁੱਖ ਮਿਲ ਜਾਂਦੇ ਆ ਸੰਗਤ ਜੀ। ਇਸ ਕਰਕੇ ਕਰਮਾਂ ਦੀ ਸਾਰੀ ਖੇਡ ਹੈ। ਹਾਂ, ਗੁਰੂ ਵਿੱਚ ਇਹ ਸਮਰੱਥਾ ਹੈ, ਗੁਰੂ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਗੁਰੂ ਸਾਹਿਬ ਮਾੜੇ ਕਰਮਾਂ ਨੂੰ ਕੱਟਣ ਦੀ ਸ਼ਕਤੀ ਰੱਖਦੇ ਆ, ਹੋਰ ਕਿਸੇ ਵਿੱਚ ਇਹ ਤਾਕਤ ਨਹੀਂ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਸੁਣ ਕੇ ਜੇ ਕਮਾ ਲਈਏ, ਧਾਰਨ ਕਰ ਲਈਏ, ਤਾਂ ਕਰੋੜਾਂ ਹੀ ਮਾੜੇ ਕਰਮ ਜਿਹੜੇ ਹੈ ਜਿਨ੍ਹਾਂ ਦਾ ਫਲ ਦੁੱਖਾਂ ਵਿੱਚ ਮਿਲਦਾ ਉਹ ਕੱਟਿਆ ਜਾਂਦਾ। ਮਹਾਰਾਜ ਉਹ ਕਰਮਾਂ ਦਾ ਦੁੱਖ, ਪਾਪਾਂ ਦਾ, ਜਿਹੜੇ ਪਾਪ ਕਮਾਏ ਆ ਉਹਨਾਂ ਦਾ ਫਲ ਭੋਗਣ ਤੋਂ ਸਿੱਖ ਨੂੰ ਬਚਾ ਲੈਂਦੇ, ਉਹਦਾ ਫਲ ਨਹੀਂ ਲੱਗਣ ਦਿੰਦੇ, ਉਹਨੂੰ ਕੱਟ ਦਿੰਦੇ ਆ, ਨਾਸ਼ ਕਰ ਦਿੰਦੇ ਆ। ਇਹ ਗੁਰੂ ਸਾਹਿਬ ਵਿੱਚ ਸ਼ਕਤੀ ਹੈ, ਗੁਰੂ ਸਾਹਿਬ ਦਾ ਇਹ ਅਧਿਕਾਰ ਹੈ।
ਇਸ ਕਰਕੇ ਭਾਈ ਮਹਾਰਾਜ ਕਹਿੰਦੇ ਵੀ ਕਦੇ ਵੀ ਪਰਮੇਸ਼ੁਰ 'ਤੇ ਦੋਸ਼ ਨਹੀਂ ਰੋਪਣਾ, ਪਰਮੇਸ਼ੁਰ 'ਤੇ ਤੋਹਮਤਾਂ ਨਹੀਂ ਲਾਉਣੀਆਂ। ਇਹ ਸਾਡੇ ਕਰਮਾਂ ਦਾ ਹੀ ਦੁੱਖ ਸੁੱਖ ਹੈ। ਜੋ ਵਿਆਪਕ ਨਭ ਕੀ ਸਮ ਸਭ ਮੈਂ, ਜਿਹੜਾ ਮੇਰਾ ਵਾਹਿਗੁਰੂ ਆਕਾਸ਼ ਦੀ ਤਰ੍ਹਾਂ ਸਾਰੇ ਵਿਆਪਕ ਹੈ, ਪਰਿਪੂਰਨ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮੇਸ਼ੁਰ ਦਾ ਵਾਸਾ ਨਹੀਂ ਹੈ। ਤਨ ਹੰਤਾ ਕੋ ਤਜ ਅਭਿਆਸ, ਤਨ ਦੀ ਹੰਗਤਾ ਨੂੰ ਤਿਆਗਣ ਦਾ ਅਭਿਆਸ ਕਰਨਾ, ਇਹ ਮਨ ਦੇ ਵਿੱਚੋਂ ਦੂਰ ਕਰਨੀ ਹੈ ਜਿਹੜੀ ਹਉਮ ਹੈ। ਸਨੈ ਸਨੈ ਲਖ ਰੂਪ ਪ੍ਰਕਾਸ਼, ਉਹਦੇ ਨਾਮ ਨਾਲ ਸੇਵਾ ਨਾਲ ਦੂਰ ਹੁੰਦੀ ਹੈ। ਜਿਵੇਂ ਜਿਵੇਂ ਹੰਗਤਾ ਦੂਰ ਹੋਏਗੀ, ਨਾਮ ਦਾ ਅਭਿਆਸ ਰਹੇਗਾ, ਵਾਹਿਗੁਰੂ ਦੀ ਰਜਾ ਵਿੱਚ ਪ੍ਰਸੰਨ ਚੱਲੇਗਾ, ਅਤੇ ਅੰਦਰ ਫਿਰ ਹੌਲੀ ਹੌਲੀ ਆਪਣੇ ਆਤਮ ਸਰੂਪ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਏਗਾ। ਪ੍ਰਕਾਸ਼ ਹੋ ਜਾਂਦਾ, ਲੋਹ ਲੱਗਣ ਲੱਗ ਜਾਂਦੀ ਆ ਹੌਲੀ ਹੌਲੀ। ਜਿਵੇਂ ਪਹਿਲਾਂ ਆਕਾਸ਼ ਵਿੱਚ ਲੋਹ ਆਉਂਦੀ ਹੈ, ਫਿਰ ਦਿਨ ਚੜ੍ਹ ਜਾਂਦਾ, ਫਿਰ ਐਨ ਸੂਰਜ ਚੜ੍ਹ ਕੇ ਸਾਧ ਸੰਗਤ ਜੀ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦਾ। ਇਸ ਕਰਕੇ ਵਾਹਿਗੁਰੂ ਦਾ ਨਾਮ ਸਹਿਜੇ ਸਹਿਜੇ ਹਿਰਦੇ ਦੇ ਵਿੱਚ ਗੁਰਸਿੱਖ ਦੇ ਆਪਣੀ ਲੋਹ ਜਗਾ ਦਿੰਦਾ, ਕਿਉਂਕਿ ਮਨ ਵਿੱਚੋਂ ਫਿਰ ਸਾਧ ਸੰਗਤ ਜੀ ਦੋਸ਼ ਦੂਰ ਹੋਣੇ ਸ਼ੁਰੂ ਹੋ ਜਾਂਦੇ ਹੈ, ਅਤੇ ਸਹਿਜੇ ਸਹਿਜੇ ਮਨ ਨਾਮ ਵਿੱਚ ਜੁੜਨ ਲੱਗ ਜਾਂਦਾ। ਫਿਰ ਪ੍ਰਕਾਸ਼ ਕੀ ਹੋਣਾ, ਹੌਲੀ ਹੌਲੀ ਫਿਰ ਮਨ ਟਿਕਣ ਲੱਗ ਜਾਂਦਾ, ਟਿਕੇ ਹੋਏ ਮਨ ਨੂੰ ਆਨੰਦ ਆਉਣ ਲੱਗ ਜਾਂਦਾ। ਫਿਰ ਜਦੋਂ ਪੂਰੀ ਐਨ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਹੈ, ਫਿਰ ਚਾਰੇ ਪਾਸੇ ਪਰਮੇਸ਼ੁਰ ਦੇ ਪ੍ਰਕਾਸ਼ ਦੇ ਦਰਸ਼ਨ ਵੀ ਗੁਰਮੁਖਾਂ ਨੂੰ ਹੋ ਜਾਂਦੇ ਹੈ। ਉਹ ਕਿਸੇ ਵੀ ਰੂਪ ਦੇ ਵਿੱਚ, ਆਪੋ ਆਪਣੀ ਕਮਾਈ ਹੈ, ਆਪੋ ਆਪਣਾ ਸਾਧਨ ਹੈ, ਆਪੋ ਆਪਣੀ ਕਰਮ ਗਤੀ ਹੈ, ਫਿਰ ਉਵੇਂ ਉਵੇਂ ਮਹਾਰਾਜ ਸਾਹਿਬ ਜੀ ਦੇ ਉਹ ਜਲਵੇ ਉਹ ਕੌਤਕ ਗੁਰਮੁਖਾਂ ਨੂੰ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਅੱਗੇ ਤੋਂ ਅੱਗੇ ਕਰਾ ਦਿੰਦੇ ਹੈ। ਜਿਨ੍ਹਾਂ 'ਤੇ ਬਖਸ਼ਿਸ਼ ਕਰਨੀ ਹੁੰਦੀ ਹੈ, ਜਿਨ੍ਹਾਂ ਨੂੰ ਤਾਰਨਾ ਹੁੰਦਾ, ਜਿਨ੍ਹਾਂ ਦਾ ਭਲਾ ਕਰਨਾ ਹੁੰਦਾ, ਉਹਨਾਂ ਨੂੰ ਨਿਸ਼ਚਾ ਬਣਾਉਣ ਵਾਸਤੇ, ਉਹਨਾਂ ਦਾ ਭਰੋਸਾ ਹੋਰ ਕਾਇਮ ਕਰਨ ਵਾਸਤੇ ਮਹਾਰਾਜ ਰਸਤਾ ਦਿਖਾ ਦਿੰਦੇ ਹੈ, ਕਿਰਪਾ ਕਰ ਦਿੰਦੇ ਹਨ। ਉਹ ਸਹਿਜੇ ਸਹਿਜੇ ਆਤਮ ਸਰੂਪ ਦਾ ਹਿਰਦੇ ਵਿੱਚ ਕਹਿੰਦੇ ਭਾਈ ਪ੍ਰਕਾਸ਼ ਹੋ ਜਾਏਗਾ। ਰਹੋ ਅਹਿੰਸਕਾਰ ਸਭ ਪਰ ਦਇਆ, ਔਰ ਅਗਲਾ ਬਚਨ ਮਹਾਰਾਜ ਕਹਿੰਦੇ ਭਾਈ ਅਹਿੰਸਕ ਜੀਵਨ, ਹਿੰਸਾ ਨਹੀਂ ਕਰਨੀ, ਜੀਵ ਨਹੀਂ ਮਾਰਨੇ ਕਦੇ ਭੁੱਲ ਕੇ ਵੀ, ਦਇਆ ਵਾਲਾ ਗੁਣ ਧਾਰਨ ਕਰਕੇ ਰੱਖਣਾ, ਪਾਪੀ ਨਹੀਂ ਬਣਨਾ, ਭਾਵ ਜੀਵਾਂ ਦਾ ਕਤਲ ਨਹੀਂ ਕਰਨਾ, ਜੀਵ ਨਹੀਂ ਮਾਰਨੇ, ਜੀਵਾਂ ਨੂੰ ਮਾਰ ਮਾਰ ਕੇ ਵੱਢ ਵੱਢ ਕੇ ਨਹੀਂ ਖਾਣਾ। ਅਹਿੰਸਕ ਜੀਵਨ ਭਾਵ ਆਪਣੇ ਜੀਵਨ ਦੇ ਵਿੱਚ ਜੀਵ ਘਾਤ ਨਹੀਂ ਕਦੇ ਵਾਸਤੇ ਕਰਨਾ, ਔਰ ਸਾਰਿਆਂ 'ਤੇ ਦਇਆ ਕਰਨੀ ਹੈ, ਭਾਵੇਂ ਕੋਈ ਜੀਵ ਹੈ, ਭਾਵੇਂ ਕੋਈ ਮਨੁੱਖ ਹੈ, ਸਭ ਉੱਤੇ ਦਇਆ ਰੱਖਣੀ ਹੈ ਮਨ ਵਿੱਚ। ਕਿਸ ਕੋ ਨਹੀਂ ਦੁਖਾ ਬਹੁਈਆ, ਔਰ ਕਿਸੇ ਦਾ ਦਿਲ ਵੀ ਨਹੀਂ ਦਿਖਾਉਣਾ, ਸਾਰਿਆਂ ਦੇ ਦਿਲ ਵਿੱਚ ਪ੍ਰੇਮ ਬਣਿਆ ਰਹੇ ਹੈ, ਬਹੁਤ ਕਠਿਨ ਹੈ, ਪਰ ਕਿਸੇ ਦਾ ਦਿਲ ਵੀ ਨਹੀਂ ਦਿਖਾਉਣਾ। ਤਿੰਨ ਤਰ੍ਹਾਂ ਦੀ ਹਿੰਸਾ ਸਾਧ ਸੰਗਤ ਜੀ, ਇੱਕ ਤਾਂ ਤਨ ਕਰਕੇ ਕਿਸੇ ਜੀਵ ਨੂੰ ਮਾਰਨਾ, ਇਹ ਵੀ ਬਹੁਤ ਵੱਡੀ ਹਿੰਸਾ ਹੈ। ਦੂਜਾ ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਮਨ ਵਿੱਚ ਬੁਰਾ ਖਿਆਲ ਲੈ ਆਉਣਾ, ਬੁਰਾ ਹੀ ਸੋਚੀ ਜਾਣਾ, ਇਹ ਮਨ ਦੀ ਹਿੰਸਾ ਹੈ, ਮਨ ਦਾ ਪਾਪ ਹੈ। ਔਰ ਤੀਜੀ ਬਾਣੀ ਦੀ ਹਿੰਸਾ ਹੈ, ਕਿਸੇ ਨੂੰ ਕੌੜੇ ਬਚਨ ਬੋਲ ਕੇ ਅਗਲੇ ਦਾ ਹਿਰਦਾ ਦੁਖਾ ਦੇਣਾ। ਸਭਨਾ ਮਨਮਾਨਕ
ਠਾਹਣ ਮੂਲ ਮਚਾਂਗਵਾ, ਜੇ ਤੋ ਪਿਰੀਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਧੰਨ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਹ ਬੰਦੇ ਜੇ ਤੈਨੂੰ ਪਿਆਰੇ ਪਰਮਾਤਮਾ ਨੂੰ ਮਿਲਣ ਦੀ ਸਿੱਖ ਇੱਛਾ ਨਾ, ਬਹੁਤ ਤੀਬਰ ਤੇਰੀ ਚਾਹਨਾ ਹੈ, ਤਾਂ ਇਹੋ ਜਿਹਾ ਕੌੜਾ ਬੋਲ ਨਾ ਕਦੇ ਬੋਲੀ, ਕਿਸੇ ਦਾ ਦਿਲ ਨਾ ਦੁਖਾਈ ਕਦੇ ਵਾਸਤੇ ਵੀ। ਇੱਥੇ ਵੀ ਮਹਾਰਾਜ ਕਹਿੰਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਹੈ। ਜਥਾ ਲਾਭ ਕੀਜੈ ਸੰਤੋਸ਼ਾ, ਤੂੰ ਜਿੰਨਾ ਕੁ ਕਿਰਤ ਕਮਾਈ ਵਿੱਚ ਕੰਮ ਕਰਦਿਆਂ ਕਰਦਿਆਂ, ਦਸਾਂ ਨੌਹਾਂ ਦੀ ਕਿਰਤ ਕਰਦਿਆਂ ਕਰਦਿਆਂ ਜਿੰਨਾ ਕੁ ਨਫ਼ਾ ਲਾਭ ਹੋ ਜਾਏ ਉਨੇ ਵਿੱਚ ਹੀ ਸੰਤੋਖ ਰੱਖਣਾ। ਇਹ ਨਹੀਂ ਸੋਚਣਾ ਕਿ ਇੰਨਾ ਕੁ ਮਿਲਿਆ, ਇੰਨਾ ਕਿਉਂ ਨਹੀਂ ਮਿਲਿਆ। ਵਾਹਿਗੁਰੂ ਨੇ ਜਥਾ ਲਾਭ ਤਥਾ ਸੰਤੁਸ਼ਟ, ਜਿੰਨਾ ਨਫ਼ਾ ਜਿੰਨੀ ਕਮਾਈ ਕੀਤੀ, ਜਿੰਨਾ ਕੁ ਲਾਭ ਆ ਗਿਆ, ਨਫ਼ਾ ਮਿਲ ਗਿਆ, ਉਸੇ ਵਿੱਚ ਹੀ ਸੰਤੋਖ ਰੱਖਣਾ। ਤ੍ਰਿਸ਼ਨਾ ਅਤੇ ਲਾਲਚ ਨਹੀਂ ਕਰਨਾ ਹੈ। ਤਜੋ ਬੇਕਾਰ ਆਦਿ ਜੇ ਰੋਸਾ, ਇਸੇ ਤਰ੍ਹਾਂ ਕ੍ਰੋਧ ਆਦਿਕ ਵਿਕਾਰ ਆਦਿਕ ਜਿਹੜੇ ਹੈ, ਇਹ ਸਹਿਜੇ ਸਹਿਜੇ ਇਹਨਾਂ ਦਾ ਤਿਆਗ ਕਰਨਾ। ਇਹ ਛੁੱਟ ਜਾਣ ਤਾਂ ਚੰਗਾ ਹੀ ਹੈ, ਸਾਧ ਸੰਗਤ ਜੀ ਬਹੁਤ ਦੁਖੀ ਕਰਦੇ ਹੈ, ਇਹਨਾਂ ਨੂੰ ਹੌਲੀ ਹੌਲੀ ਛੱਡਣ ਦਾ ਯਤਨ ਕਰੇ। ਇਮ ਸਤਿਗੁਰ ਤੇ ਲੈ ਉਪਦੇਸ਼, ਇਹ ਬੜਾ ਸੁੰਦਰ ਉਪਦੇਸ਼ ਦਿੱਤਾ ਸਾਧ ਸੰਗਤ ਜੀ। ਇਹ ਭਾਈ ਤਲੋਕੇ ਨੂੰ ਨਹੀਂ ਇਕੱਲਾ ਦਿੱਤਾ ਉਪਦੇਸ਼, ਇਹ ਸਾਨੂੰ ਵੀ ਇਹੀ ਉਪਦੇਸ਼ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ, ਜੋ ਕਿਸੇ ਦੇ ਪ੍ਰਥਾਏ, ਕਿਸੇ ਨਿਮਿੱਤ ਨੂੰ, ਕਿਸੇ ਪ੍ਰਯੋਜਨ ਨੂੰ, ਕਿਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਤੀਕ ਬਣਾ ਕੇ ਕਿਸੇ ਗੁਰਸਿੱਖ ਦੇ ਤਾਂ ਹੀ ਉਪਦੇਸ਼ ਦਿੱਤਾ, ਉਹ ਸਾਰੇ ਜਹਾਨ ਵਾਸਤੇ ਸਾਂਝਾ ਹੀ ਹੈ। ਇਹ ਗੁਰਸਿੱਖਿਆ ਇਕੱਲੇ ਭਾਈ ਤਲੋਕਾ ਜੀ ਲਈ ਨਹੀਂ, ਇਹ ਸਾਡੇ ਲਈ ਵੀ ਹੈ। ਇਹ ਸਤਿਗੁਰੂ ਸਾਨੂੰ ਵੀ ਸ਼ੁਭ ਸਿੱਖਿਆ ਦੇ ਰਹੇ ਹੈ, ਇਸ ਨਾਲ ਸਾਡੀ ਕਲਿਆਣ ਹੋਏਗੀ। ਇਹ ਉਪਦੇਸ਼ ਲੈ ਕੇ ਭਾਈ ਤਲੋਕਾ ਜੀ ਨੇ ਗਮਨਿਓ ਗਜਨੀ ਆਪਣੋ ਦੇਸ਼, ਦੇਸ਼ ਹੁੰਦਾ ਇਲਾਕਾ, ਦੇਸ਼ ਵੈਸੇ ਇੱਕ ਦੇਸ਼ ਨੂੰ ਵੀ ਕਹਿ ਦਿੰਦੇ ਹੈ, ਜਿਵੇਂ ਭਾਰਤ ਨੂੰ ਸਾਰੇ ਨੂੰ ਹਿੰਦੁਸਤਾਨ ਆਖਿਆ ਜਾਂਦਾ, ਅਮੈਰੀਕਾ ਇੱਕ ਦੇਸ਼ ਹੈ, ਕਨੇਡਾ, ਇੰਗਲੈਂਡ, ਛੋਟੇ ਵੱਡੇ ਵੱਖਰੇ ਵੱਖਰੇ ਨਾਮ ਹੈ ਦੇਸ਼ਾਂ ਦੇ। ਵੈਸੇ 12-12 ਕੋਹ ਦੇ ਵਿੱਚ ਜਿੰਨਾ ਇਲਾਕਾ ਹੋਵੇ ਉਹਨੂੰ ਵੀ ਦੇਸ਼ ਕਿਹਾ ਜਾਂਦਾ ਹੈ। ਵੱਖ ਵੱਖ ਦਿਸ਼ਾਵਾਂ ਵਿੱਚ ਦੂਰ ਦੂਰ ਵਸਣ ਵਾਲੇ, ਜਿਵੇਂ ਹਿੰਦੁਸਤਾਨ ਦੇ 22 ਸੂਬੇ ਹੈ, ਇਹਨਾਂ 22 ਸੂਬਿਆਂ ਨੂੰ ਵੱਖ ਵੱਖ ਇਲਾਕਿਆਂ ਦੇ ਵਿੱਚ ਆਉਣ ਵਾਲੇ ਸਿੱਖਾਂ ਨੂੰ, ਇਹ ਅਮਕਾ ਸਿੱਖ ਫਲਾਨੇ ਦੇਸ਼ ਵਿੱਚੋਂ ਆਇਆ, ਇਸ ਕਰਕੇ ਸਾਧ ਸੰਗਤ ਜੀ ਵੱਖ ਵੱਖ ਨਾਮ ਹਨ। ਇਉਂ ਭਾਈ ਤਲੋਕਾ ਜੀ ਆਪਣੇ ਦੇਸ਼ ਗਜਨੀ ਨੂੰ, ਆਪਣੇ ਇਲਾਕੇ ਗਜਨੀ ਨੂੰ ਸਤਿਗੁਰਾਂ ਤੋਂ ਆਗਿਆ ਲੈ ਕੇ ਮੁੜ ਪਏ। ਮੁਗਲ ਚਾਕਰੀ ਤਹਾਂ ਕਰੰਤਾ, ਮੁਗਲਾਂ ਦੀ ਨੌਕਰੀ ਕਰਦਾ ਹੈ, ਉਹਨਾਂ ਦੀ ਫੌਜ ਵਿੱਚ ਇਹ ਕਿਰਤ ਕਰਦੇ ਆ ਭਾਈ ਦੀ। ਵਹਿਰ ਅਰੂਡੈ ਸੰਗ ਰਹੰਤਾ, ਜਿਹੜਾ ਸਮੇਂ ਦਾ ਪਠਾਨ ਹੈ ਨਾ ਮੁਗਲ ਹੈ, ਜਿਹਦੀ ਫੌਜ ਵਿੱਚ ਨੌਕਰ ਹਨ, ਉਹ ਜਦੋਂ ਸ਼ਿਕਾਰ ਚੜ੍ਹਦਾ, ਭਾਈ ਤਲੋਕਾ ਜੀ ਸਰੀਰ ਕਰਕੇ ਬੜੇ ਬਲੀ ਸੁੰਦਰ ਡੀਲ ਡੋਲ ਵਾਲੇ ਸਨ ਔਰ ਬੜੇ ਫੁਰਤੀਲੇ ਸਨ। ਸਿੰਘ ਨੂੰ ਹਮੇਸ਼ਾ ਸਾਧ ਸੰਗਤ ਜੀ ਫੁਰਤੀਲਾ ਰਹਿਣਾ ਚਾਹੀਦਾ, ਐਵੇਂ ਢਿੱਲੜ ਜਾਏ ਤੁਰਿਆ ਫਿਰੇ, ਕਦੇ ਇੱਧਰ ਨੂੰ ਡਿੱਗ ਪਿਆ, ਕਦੇ ਉੱਧਰ ਨੂੰ ਡਿੱਗ ਪਿਆ, ਨਾ ਸੇਵਾ ਕਰ ਸਕੇ, ਨਾ ਆਪਣਾ ਆਪ ਹੀ ਸੰਭਾਲ ਸਕੇ, ਨਾ ਹੀ ਸੁਚੇਤ ਰਹੇ, ਉਹ ਕਾਹਦਾ ਸਾਧ ਸੰਗਤ ਜੀ ਜੀਵਨ ਹੈ। ਇਸ ਕਰਕੇ ਹਮੇਸ਼ਾ ਤਿਆਰ ਬਰਤਿਆਰ ਗੁਰੂ ਕੇ ਸਿੱਖ ਨੇ ਚੜ੍ਹਦੀ ਕਲਾ ਨਾਲ ਰਹਿਣਾ, ਉਤਸ਼ਾਹ ਨਾਲ ਰਹਿਣਾ, ਸਾਵਧਾਨ ਰਹਿਣਾ।
ਇਉਂ ਭਾਈ ਤਲੋਖਾ ਜੀ ਬੜੇ ਸਾਵਧਾਨ, ਹਰ ਸਮੇਂ ਤਿਆਰ ਬਰਤਿਆਰ, ਕੋਈ ਅਣਗਹਿਲੀ ਨਹੀਂ ਕਰਨ ਵਾਲੇ ਸਨ। ਉਹਨਾਂ ਵਿੱਚ ਸੂਰਮ ਗਤੀ ਵਾਲੇ ਬੜੇ ਸੰਪੂਰਨ ਗੁਣ ਸਨ। ਇਸੇ ਕਰਕੇ ਮੁਗਲ ਜਿਹੜਾ ਨਾ, ਉਹ ਉਹਨਾਂ ਨੂੰ ਜਦੋਂ ਵੀ ਸ਼ਿਕਾਰ ਜਾਂਦਾ ਆਪਣੇ ਨਾਲ ਲੈ ਕੇ ਜਾਇਆ ਕਰਦਾ। ਨੀਤ ਰਜਤ ਪਣ ਨਿਤ ਪੰਚਾਸ, ਔਰ ਇਹਨਾਂ ਉੱਤੇ ਸਮੇਂ ਦਾ ਹਾਕਮ ਇੰਨਾ ਪ੍ਰਸੰਨ ਸੀ ਇਹਨਾਂ ਦੀ ਸੇਵਾ ਤੋਂ, ਇਹਨਾਂ ਦੀ ਨੌਕਰੀ ਤੋਂ, ਚਾਕਰੀ ਤੋਂ, ਕਿ ਰੋਜ਼ਾਨਾ ਇਹਨਾਂ ਨੂੰ ਸ਼ਾਮ ਨੂੰ 50 ਰੁਪਏ ਚਾਂਦੀ ਦੇ ਵਜਾਨਾ ਦਿਆ ਕਰਦਾ। ਵੈਸੇ ਸਿੱਖਾਂ ਦੀ ਭਗਤ ਮਾਲਾ ਵਿੱਚ ਲਿਖਿਆ ਕਿ 5 ਰੁਪਏ ਰੋਜ਼ ਦੇ ਇਹਨਾਂ ਨੂੰ ਨੌਕਰੀ ਮਿਲਦੀ ਸੀ, ਪਰ ਇੱਥੇ ਭਾਈ ਸਾਹਿਬ ਨੇ ਦੱਸਿਆ ਵੀ 50 ਰੁਪਏ ਰੋਜ਼ਾਨਾ ਦੇ ਇਹਨਾਂ ਨੂੰ ਦਿੱਤੇ ਜਾਂਦੇ ਸਨ ਸਰਕਾਰ ਦੇ ਖਜ਼ਾਨੇ ਵਿੱਚੋਂ। ਆਯੁਧ ਧਰੇ ਰਹਿਤ ਤਿਸ ਪਾਸ, ਔਰ ਪੂਰੇ ਸ਼ਸਤਰ ਆਪਣੇ ਕੋਲੇ ਸਾਰੇ ਸਾਂਭ ਕੇ ਰੱਖਦਾ। ਔਰ ਜਿਹੜੇ ਸ਼ਸਤਰ ਖਾਸ ਮੁਗਲ ਸਰਦਾਰ ਦੇ ਵੀ ਹੁੰਦੇ ਸਨ ਨਾ, ਚਲਾਉਣ ਵਾਲੇ ਜਾਂ ਪਹਿਨਣ ਵਾਲੇ, ਉਹ ਵੀ ਮੁਗਲ ਸਮੇਂ ਦਾ ਹਾਕਮ ਹੋਰ ਕਿਸੇ ਨੂੰ ਨਹੀਂ ਪਕੜਾਉਂਦਾ, ਉਹ ਵੀ ਇਹਨਾਂ ਦੇ ਕੋਲ ਇਹਨਾਂ ਨੂੰ ਦੇ ਕੇ ਰੱਖਦਾ। ਇਹ ਬਹੁਤ ਉਹਦੇ ਇਤਵਾਰਯੋਗ ਉਸ ਦੇ ਸਿਪਾਹੀ ਸਨ। ਇਸ ਕਰਕੇ ਸਾਰੇ ਸ਼ਸਤਰ ਇਹਨਾਂ ਦੇ ਕੋਲ ਹੀ, ਆਪਣਾ ਖਜ਼ਾਨਾ ਸ਼ਸਤਰਾਂ ਦਾ ਸਿਲੇ ਖਾਨਾ ਸੰਭਾਲ ਕੇ ਰੱਖਦਾ ਹਮੇਸ਼ਾ। ਛੱਡਿਓ ਮੁਗਲ ਇੱਕ ਦਿਵਸ ਸ਼ਿਕਾਰ, ਮੁਗਲ ਇੱਕ ਦਿਨ ਸ਼ਿਕਾਰ ਕਰਨ ਵਾਸਤੇ ਜੰਗਲ ਨੂੰ ਚੜਿਆ ਹੈ। ਸੰਗਤ ਲੋਕਾ ਅਸ ਅਸਵਾਰ, ਭਾਈ ਤਲੋਕਾ ਜੀ ਵੀ ਨਾਲ ਘੋੜੇ ਤੇ ਚੜ ਕੇ ਮੁਗਲ ਦੇ ਤੁਰੇ ਹਨ ਸ਼ਿਕਾਰ ਦੇ ਮਗਰ। ਮੁਗਲ ਅਗਾਰੀ ਮ੍ਰਿਗਨ ਪਲਾਈ, ਜਦੋਂ ਮੁਗਲ ਘਣੇ ਸੰਘਣੇ ਜੰਗਲ ਵੱਲ ਚਲੇ ਗਿਆ ਨਾ, ਤਾਂ ਸਾਧ ਸੰਗਤ ਜੀ ਅੱਗੋਂ ਮਿਰਗਾਂ ਦੀ ਡਾਰ ਜਿਹੜੀ ਜੰਗਲ ਵਿੱਚ ਘਾਹ ਚਰਦੀ ਸੀ, ਉਹ ਮੁਗਲਾਂ ਨੂੰ ਵੇਖ ਕੇ, ਸ਼ਸਤਰਧਾਰੀ ਇਹਨਾਂ ਸੂਰਮਿਆਂ ਨੂੰ ਵੇਖ ਕੇ ਮਿਰਗਾਂ ਦੀ ਡਰ ਡਰ ਕੇ ਅੱਗੇ ਭੱਜ ਤੁਰੀ ਹੈ। ਪਿੱਛੇ ਲਾਗੇ ਤੁਰੰਗ ਧਵਾਈ, ਇਉਂ ਮੁਗਲ ਨੇ ਵੀ, ਭਾਈ ਤਲੋਕੇ ਨੇ ਵੀ, ਇਹਨਾਂ ਦੇ ਨਾਲ ਦਿਆਂ ਨੇ ਵੀ ਆਪਣੇ ਘੋੜੇ ਮਗਰੀ ਦੁੜਾ ਲਏ ਮਿਰਗਾਂ ਦਾ ਸ਼ਿਕਾਰ ਕਰਨ ਵਾਸਤੇ। ਜਬਹਿ ਤਲੋਕੇ ਕੀਨ ਸਨੇਰ, ਜਦੋਂ ਹੋਰ ਤਾਂ ਸਾਰੇ ਪਿੱਛੇ ਰਹਿ ਗਏ ਸ਼ਿਕਾਰ ਕਰਨ ਦੇ ਵਕਤ, ਭਾਈ ਤਲੋਕਾ ਜਦੋਂ ਅੱਗੇ ਘੋੜਾ ਦੜਾ ਕੇ ਗਿਆ ਨਾ, ਤਾਂ ਇੱਕ ਸ਼ਿਕਾਰ ਕਰਨ ਵਾਲੇ ਜੀਵ ਦੇ ਜਦੋਂ ਨੇੜੇ ਢੁੱਕਿਆ ਭਾਈ ਤਲੋਕਾ, ਘੋੜਾ ਮਿਲਿਓ ਨਿਕਟ ਤਬ ਹੇਰ, ਵੇਖਿਆ ਮੇਰੇ ਸ਼ਿਕਾਰ ਦੇ ਨੇੜੇ ਘੋੜਾ ਪਹੁੰਚ ਗਿਆ, ਕੋਲੇ ਬਿਲਕੁਲ ਨਜ਼ਦੀਕ ਅੱਪੜ ਗਿਆ ਹੈ। ਪੈਂਚ ਖੜਗ ਕੋ ਤਾਂ ਪਰ ਚਾਰਾ, ਵੇਖਿਆ ਕਿ ਸ਼ਿਕਾਰ ਮੇਰੇ ਨਿਸ਼ਾਨੇ ਦੇ ਬਿਲਕੁਲ ਅੱਗੇ ਹੈ, ਭਾਵ ਮੇਰੇ ਨਿਸ਼ਾਨੇ ਤੋਂ ਹੁਣ ਚੁੱਕ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ, ਭੱਜ ਨਹੀਂ ਸਕਦਾ, ਮੇਰੀ ਮਾਰ ਥੱਲੇ ਹੈ। ਉਸੇ ਵਕਤ ਮਿਆਨ ਵਿੱਚੋਂ ਸਾਧ ਸੰਗਤ ਜੀ ਖੜਗ ਸ਼ਸਤਰਾਂ ਦਾ, ਜਿਹਨਾਂ ਸਿੰਘਾਂ ਨੂੰ ਗਿਆਨ ਹੈ ਉਹਨਾਂ ਨੂੰ ਪਤਾ, ਖੜਗ ਦਾ ਜਿਹੜਾ ਫਲ ਚੌੜਾ ਅਤੇ ਬਹੁਤ ਤਿੱਖਾ ਅਤੇ ਬੜਾ ਸੁੰਦਰ ਹੋਇਆ ਕਰਦਾ, ਇਉਂ ਹਰ ਸਮੇਂ ਇੱਕੋ ਸ਼ਸਤਰ ਦੀ ਵਰਤੋਂ ਨਹੀਂ ਜੰਗਾਂ ਯੁੱਧਾਂ ਵਿੱਚ ਹੁੰਦੀ, ਵੱਖ ਵੱਖ ਸ਼ਸਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਉਸ ਵਕਤ ਭਾਈ ਤਲੋਕੇ ਨੇ ਬੜਾ ਤਿੱਖਾ ਖੜਗ, ਇਹਨੂੰ ਤਲਵਾਰ ਨਹੀਂ ਆਪਾਂ ਕਹਿ ਸਕਦੇ, ਸ੍ਰੀ ਸਾਹਿਬ ਨਹੀਂ ਕਹਿ ਸਕਦੇ, ਮਿਆਨ ਵਿੱਚੋਂ ਭਾਈ ਤਲੋਕਾ ਜੀ ਨੇ ਆਪਣਾ ਤਿੱਖਾ ਖੜਗ ਕੱਢਿਆ, ਔਰ ਐਨ ਮਾਰ ਥੱਲੇ ਵੇਖ ਕੇ ਸ਼ਿਕਾਰ ਨੂੰ ਉਸੇ ਵਕਤ ਭਾਈ ਤਲੋਕਾ ਜੀ ਨੇ ਜ਼ੋਰ ਦੀ ਆਪਣਾ ਸ਼ਸਤਰ
ਖੜਗ ਸ਼ਿਕਾਰ ਦੇ ਉੱਤੇ ਚਲਾਇਆ। ਮ੍ਰਿਗਨੀ ਗਰਭ ਦੁੱਧਾ ਕਰ ਡਾਰਾ। ਇੰਨਾ ਬਲੀ ਸੀ ਭਾਈ ਤਲੋਕਾ ਜੀ ਦੇ ਡੌਲਿਆਂ ਵਿੱਚ, ਇੰਨਾ ਬਲ ਸੀ, ਇੰਨੀ ਤਾਕਤ ਸੀ, ਇੱਕੋ ਵਾਰ ਕਰਕੇ ਸਾਧ ਸੰਗਤ ਜੀ ਜਿਹੜੀ ਮ੍ਰਿਗਨੀ ਹਰਨੀ ਸੀ ਨਾ, ਹਰਨੀ ਉਹਦੇ ਦੋ ਟੋਟੇ ਕਰ ਦਿੱਤੇ। ਇੰਨਾ ਬਲ ਸੀ ਸਾਧ ਸੰਗਤ ਜੀ ਸਰੀਰ ਦੇ ਵਿੱਚ, ਧੌਣ ਕੋਲੋਂ ਨਹੀਂ ਐਨ ਸਰੀਰ ਦੇ ਵਿਚਕਾਰੋਂ ਦੋ ਟੋਟੇ ਭਾਈ ਸਾਹਿਬ ਨੇ ਕਰ ਦਿੱਤੇ। ਇੰਨਾ ਜ਼ੋਰ ਦੀ ਵਾਰ ਮਾਰਿਆ। ਯੁੱਗ ਅਬਰਕ ਵਿੱਚ ਤੇ ਗਿਰ ਪਰੇ। ਉਹ ਜਿਹੜੀ ਹਿਰਨੀ ਸੀ ਸਾਧ ਸੰਗਤ ਜੀ, ਉਸ ਦੇ ਗਰਭ ਵਿੱਚ ਦੋ ਬੱਚੇ ਸਨ। ਉਸੇ ਵਕਤ ਉਹ ਦੋ ਬੱਚੇ ਵਿੱਚੋਂ ਨਿਕਲ ਕੇ ਧਰਤੀ ਤੇ ਡਿੱਗ ਪਏ ਉਸ ਦੇ ਪੇਟ ਵਿੱਚੋਂ। ਕਿਤਕ ਕਾਲ ਮੈਂ ਤਰਫਤ ਮਰੇ। ਉਹ ਜਦੋਂ ਮਾਂ ਦਾ ਸ਼ਿਕਾਰ ਹੋ ਗਿਆ, ਦੋ ਟੋਟੇ ਹੋ ਗਏ, ਤਾਂ ਬੱਚੇ ਵੀ ਥੋੜ੍ਹੇ ਸਮੇਂ ਵਿੱਚ ਤੜਫ ਤੜਫ ਕੇ ਭਾਈ ਤਲੋਕੇ ਦੇ ਵੇਖਦਿਆਂ ਵੇਖਦਿਆਂ ਹੀ ਸਾਹਮਣੇ ਹੀ ਮਰ ਗਏ। ਦੇਖ ਤਲੋਕੇ ਕਰੁਣਾ ਠਾਨੀ। ਭਾਈ ਤਲੋਕੇ ਨੇ ਜਦੋਂ ਵੇਖਿਆ ਨਾ, ਮਨ ਵਿੱਚ ਬਹੁਤ ਜ਼ਿਆਦਾ ਦਇਆ ਆਈ, ਤਰਸ ਆਇਆ, ਬਹੁਤ ਪਛਤਾਪ ਹੋਇਆ ਕਿ ਇੱਕ ਤਾਂ ਮਾਂ ਸੀ, ਮ੍ਰਿਗਣੀ ਸੀ, ਹਰਨੀ ਸੀ, ਇੱਕ ਤਾਂ ਉਹ ਮਾਰੀ ਗਈ, ਦੋ ਬੱਚੇ ਉਹਦੇ ਮਰ ਗਏ ਵਿੱਚੋਂ ਨਿਕਲ ਕੇ ਪੇਟ ਦੇ। ਇਹ ਵੇਖ ਕੇ ਬਹੁਤ ਹੀ ਮਨ ਵਿੱਚ ਤਰਸ ਆਇਆ ਭਾਈ ਤਲੋਕਾ ਜੀ ਨੂੰ। ਤਿਕ ਤਿਕ ਆਪਣੇ ਕਰਮ ਬਖਾਨੀ। ਇਹੀ ਹੁੰਦਾ ਸਾਧ ਸੰਗਤ ਜੀ, ਵਿਚਾਰਵਾਨ ਜਿਹੜੇ ਗੁਰਮੁਖ ਹੁੰਦੇ ਆ ਨਾ, ਸੰਗਤ ਕਰਨ ਵਾਲੇ, ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਅਸੀਂ ਭੁੱਲਣਹਾਰ ਜੀਵ ਹੈ, ਸਾਡੇ ਕੋਲੋਂ ਗਲਤੀਆਂ ਕਦਮ ਕਦਮ 'ਤੇ ਹੁੰਦੀਆਂ, ਪਰ ਗਲਤੀ ਗੁਨਾਹ ਹੋ ਕੇ ਮਨ ਵਿੱਚ ਪਛਤਾਤਾਪ ਆਉਣਾ ਬੜਾ ਲਾਜ਼ਮੀ ਹੈ। ਜੇ ਪਛਤਾਤਾਪ ਮਨ ਵਿੱਚ ਆਇਆ ਨਹੀਂ ਨਾ, ਮਨ ਵਿੱਚ ਅਫਸੋਸ ਨਹੀਂ ਪੈਦਾ ਹੋਇਆ, ਮਨ ਵਿੱਚ ਦਰਦ ਨਹੀਂ ਪੈਦਾ ਹੋਇਆ, ਜਾਂ ਕੀਤੇ ਗੁਨਾਹ ਦੀ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਕਰਕੇ ਐਸੀ ਭਾਵਨਾ ਨਹੀਂ ਆਈ ਕਿ ਮੇਰੇ ਕੋਲ ਇਹ ਅਵੱਗਿਆ ਹੋਈ, ਵੱਡਾ ਗੁਨਾਹ ਹੋਇਆ, ਪਛਤਾਤਾਪ ਨਹੀਂ ਮਨ ਨੇ ਔਰ ਆਪਣੇ ਆਪ 'ਚ ਕੀਤਾ, ਤਾਂ ਸਮਝ ਲਓ ਅਜੇ ਅਸੀਂ ਸਿੱਖੀ ਤੋਂ, ਗੁਰੂ ਦੇ ਉਸ ਅਸੂਲਾਂ ਤੋਂ ਬੜੀ ਦੂਰ ਬੈਠੇ ਹਾਂ। ਭਾਵ ਦਇਆ ਨਹੀਂ ਹੈ ਸਾਡੇ ਮਨ ਵਿੱਚ, ਸਾਡਾ ਹਿਰਦਾ ਅਜੇ ਕੋਮਲ ਨਹੀਂ ਹੈ, ਸਾਡਾ ਹਿਰਦਾ ਅਜੇ ਸ਼ੁੱਧ ਨਹੀਂ ਹੈ, ਇਹਦੇ ਉੱਤੇ ਅਜੇ ਬੜੀ ਪਾਪਾਂ ਦੀ ਅਤੇ ਕਠੋਰਤਾਈ ਦੀ ਮੈਲ ਜੰਮੀ ਹੋਈ ਹੈ। ਗੁਨਾਹ ਹੋਣਾ ਸੁਭਾਵਿਕ ਹੈ, ਪਰ ਪਛਤਾਤਾਪ ਕਰਨ ਨਾਲ, ਸਾਧ ਸੰਗਤ ਜੀ ਅਵੱਗਿਆ ਕਰਨ ਨਾਲ, ਗੁਰੂ ਸਾਹਿਬ ਕੋਲੋਂ, ਸੰਗਤ ਕੋਲੋਂ, ਪੰਜ ਪਿਆਰਿਆਂ ਕੋਲੋਂ ਬਖਸ਼ਾ ਲਈਏ ਤਾਂ ਮਹਾਰਾਜ ਬਖਸ਼ ਦਿੰਦੇ ਹੈ। ਗੁਨਾਹ ਹੋਣੇ ਤਾਂ ਸੁਭਾਵਿਕ ਹੀ ਹੈ, ਜੀਵ ਭੁੱਲਣਹਾਰ ਹੈ, ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ ਮਹਾਰਾਜ ਕਹਿੰਦੇ ਹੈ। ਇਸ ਕਰਕੇ ਭਾਈ ਤਲੋਕੇ ਦੇ ਮਨ ਵਿੱਚ ਦਇਆ ਵੀ ਆਈ, ਪਛਤਾਤਾਪ ਵੀ ਬਹੁਤ ਹੋਇਆ। ਕੀ ਕਹਿੰਦੇ ਹੈ, ਤਿਰਕਾਰ ਹੈ ਮੇਰੇ ਜੀਵਨ ਨੂੰ, ਤਿਰਕਾਰ ਹੈ ਮੇਰੇ ਜੀਵਨ ਨੂੰ, ਇਹ ਜਿਹੜਾ ਮੈਂ ਕਰਮ ਕੀਤਾ ਨਾ, ਇਹ ਚੰਗਾ ਕਰਮ ਨਹੀਂ ਮੈਥੋਂ ਹੋਇਆ। ਐਸੋ ਪਾਪ ਅਚਾਨਕ ਲਏ। ਮੈਂ ਤਾਂ ਜ਼ਿੰਦਗੀ 'ਚ ਕਦੇ ਅੱਜ ਤੱਕ ਕੋਈ ਪਾਪ ਨਹੀਂ ਕੀਤਾ ਸੀ, ਮੈਂ ਤਾਂ ਬਹੁਤ ਵੱਡਾ ਪਾਪ ਲੈ ਲਿਆ ਸਿਰ 'ਤੇ, ਇੰਨਾ ਵੱਜਰ ਪਾਪ ਕਿ ਤਿੰਨ ਜੀਵਾਂ ਦੀ ਹੱਤਿਆ ਕਰ ਦਿੱਤੀ, ਇੱਕ ਮ੍ਰਿਗਣੀ ਮਾਰ ਦਿੱਤੀ, ਦੋ ਦੇ ਬੱਚੇ ਮਾਰ ਦਿੱਤੇ,
ਤਿੰਨਾਂ ਨੂੰ ਮਾਰਨ ਦਾ ਪਾਪ ਐਡਾ ਭਾਰਾ ਮੈਂ ਸਿਰ ਤੇ ਲੈ ਲਿਆ। ਇੱਕ ਤੇ ਹਤੇ ਤੀਨ ਮਰ ਗਏ, ਇੱਕ ਨੂੰ ਮਾਰਦਾ ਮਾਰਦਾ ਤਿੰਨਾਂ ਨੂੰ ਮਾਰ ਕੇ ਬਹਿ ਗਿਆ ਹਾਂ। ਗੁਰ ਉਪਦੇਸ਼ ਕਰਿਓ ਤਬ ਸਿਮਰਨ, ਉਹ ਸਮੇਂ ਗੁਰੂ ਸਾਹਿਬ ਜੀ ਦਾ ਉਹ ਬਚਨ ਚੇਤੇ ਕੀਤਾ, ਯਾਦ ਕੀਤਾ। ਦਇਆ ਕਰੋ ਨਹਿ ਹਨੋ ਜੀਵ ਗਨ, ਮਹਾਰਾਜ ਕਿਹਾ ਸੀ ਦਇਆ ਰੱਖਣੀ ਆ ਮਨ ਵਿੱਚ, ਕਦੇ ਜੀਵ ਨਹੀਂ ਮਾਰਨੇ, ਜੀਵਾਂ ਦਾ ਘਾਤ ਨਹੀਂ ਕਰਨਾ ਹੈ। ਸੋ ਮੁਝ ਤੇ ਨਹਿ ਗਇਓ ਕਮਾਇਓ, ਕਹਿੰਦਾ ਇੱਕੋ ਹੀ ਬਚਨ ਸੀ ਸਾਰਿਆਂ ਬਚਨਾਂ ਵਿੱਚੋਂ, ਉਹ ਬਚਨ ਵੀ ਮੈਂ ਨਹੀਂ ਕਮਾ ਸਕਿਆ, ਗੁਰੂ ਸਾਹਿਬ ਦਾ ਇੱਕ ਬਚਨ ਵੀ ਨਹੀਂ ਮੰਨਿਆ ਗਿਆ। ਜਾਂ ਤੇ ਦੋਸ਼ ਅਧਿਕ ਮੈਂ ਪਾਇਓ, ਇਹ ਮੈਂ ਬਹੁਤ ਵੱਡਾ ਗੁਨਾਹ ਕਰ ਬੈਠਾ ਹਾਂ। ਸ਼ਸਤਰ ਪਾਸ ਤੇ ਅੱਗ ਹੋਏ ਆਵੇ, ਬੰਦੇ ਕੋਲੇ ਸ਼ਸਤਰ ਹੋਣ, ਗੁੱਸਾ ਆ ਜਾਏ, ਵਸ ਵਿੱਚ ਨਾ ਹੋਵੇ ਤਾਂ ਬੰਦਾ ਪਾਪ ਕਰ ਹੀ ਬੈਠਦਾ। ਸ਼ਸਤਰ ਹੋਣਾ ਵੀ ਅਤੇ ਉਸ ਨੂੰ ਸਬਰ ਨਾਲ ਸੰਭਾਲ ਕੇ ਰੱਖਣਾ। ਸਾਧ ਸੰਗਤ ਜੀ, ਸ਼ਸਤਰ ਜਿਹੜੇ ਸ਼ਕਤੀ ਦਾ ਪ੍ਰਤੀਕ ਹੈ, ਸ਼ਸਤਰ ਕੋਲੇ ਹੋਵੇ ਨਾ ਅੰਦਰ ਜੋਸ਼ ਆਉਂਦਾ, ਸ਼ਕਤੀ ਉਬਾਲੇ ਮਾਰਦੀ ਹੈ। ਪਰ ਮਹਾਰਾਜ ਜੀ ਨੇ ਇਸੇ ਕਰਕੇ ਕਿਹਾ ਸਿੱਖ ਦੇ ਅੰਦਰ ਜੋਸ਼ ਵੀ ਜ਼ਰੂਰੀ ਹੈ, ਬੀਰਸ ਵੀ ਜ਼ਰੂਰੀ ਹੈ ਅਤੇ ਹੋਸ਼ ਵੀ ਜ਼ਰੂਰੀ ਹੈ। ਪਾਪ ਨਕੇਲ ਪਾ ਕੇ ਰੱਖਣੀ ਆਪਣੇ ਮਨ ਨੂੰ ਸੰਭਾਲ ਕੇ ਰੱਖਣਾ, ਕੋਈ ਕਦਮ ਗਲਤ ਨਾ ਚੁੱਕਿਆ ਜਾਏ ਗੁੱਸੇ ਵਿੱਚ, ਕ੍ਰੋਧ ਵਿੱਚ ਆ ਕੇ, ਕਿਉਂਕਿ ਗੁੱਸੇ ਦਾ ਸੁਭਾਂਧ ਕਰੋ ਦ੍ਰਿਗਵੰਤਨ ਕਹੋ ਸੁਰਤ ਵੰਤਨ ਕਹੋ ਬਧਰੋ ਕਰ ਡਾਰੋ। ਕ੍ਰੋਧ ਕਹਿੰਦਾ ਜਦੋਂ ਮੈਂ ਆਉਣਾ ਨਾ ਬੰਦੇ ਦੇ ਵਿੱਚ, ਇੰਨਾ ਭਿਆਨਕ ਰੂਪ ਲੈ ਕੇ ਆ ਜਾਂਦਾ ਬੰਦੇ ਦੇ ਵਿੱਚ, ਦੇਖਣ ਵਾਲਿਆਂ ਨੂੰ ਅੰਨੇ ਕਰ ਦਿੰਦਾ, ਸੁਣਨ ਵਾਲਿਆਂ ਨੂੰ ਮੈਂ ਬੋਲੇ ਕਰ ਦਿੰਦਾ। ਇਹ ਕ੍ਰੋਧ ਦਾ ਐਸਾ ਸੁਭਾਅ ਹੈ। ਹੋਸ਼ ਰੱਖੇ, ਸਬਰ ਰੱਖੇ, ਸੰਕੋਚ। ਕਹਿਣ ਲੱਗਾ ਸ਼ਸਤਰ ਕੋਲੇ ਸੀ, ਗੁਰੂ ਦਾ ਬਚਨਾਂ ਦਾ ਜਿਹੜਾ ਹੁਕਮ ਸੀ ਉਹਨੂੰ ਚੇਤੇ ਦੇ ਵਿੱਚੋਂ ਭੁਲਾ ਦਿੱਤਾ, ਤਾਂ ਹੀ ਮੇਰੇ ਤੋਂ ਇਹ ਪਾਪ ਗੁਨਾਹ ਹੋ ਗਿਆ। ਤਿਆਗਨ ਕਰੋ ਨਾ ਪੁੰਨ ਕੋ ਪਕਾਵੈ, ਇਸ ਕਰਕੇ ਮੈਂ ਸ਼ਸਤਰੀ ਅੱਜ ਤੋਂ ਧਾਰਨ ਕਰਨਾ ਛੱਡ ਦੇਣਾ, ਅੱਜ ਤੋਂ ਬਾਅਦ ਸ਼ਸਤਰੀ ਨਹੀਂ ਆਪਣੇ ਪਾਸ ਰੱਖਣਾ। ਜਦੋਂ ਸ਼ਸਤਰ ਨਹੀਂ ਹੋਏਗਾ ਤਾਂ ਮੇਰੇ ਤੋਂ ਕੋਈ ਜੀਵ ਹੱਤਿਆ ਨਹੀਂ ਹੋਵੇਗੀ। ਚਿੱਤ ਵਿਚਾਰ ਤਲਵਾਰ ਹਟਾਈ, ਚਿੱਤ ਵਿੱਚ ਸੋਚ ਕੇ ਜਿਹੜੀ ਮਿਆਨ ਵਿੱਚ ਤਲਵਾਰ ਜਾਂ ਖੜਕ ਸ਼ਸਤਰ ਸਨ ਉਹ ਸਾਰੇ ਪਾਸੇ ਕਰ ਦਿੱਤੇ। ਤੇਗ ਕਾਠ ਕੀ ਕਰ ਘਰ ਪਾਈ, ਇਸੇ ਕਰਕੇ ਕਿਹਾ ਨਾ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ। ਕਿਰਪਾਨ, ਕਿਰਪਾਨ ਦਾ ਅਰਥ ਹੈ ਗਊ ਗਰੀਬ ਮਜ਼ਲੂਮ ਦੇ ਉੱਤੇ ਦਇਆ ਕਰਨੀ, ਕਿਰਪਾ ਕਰਨੀ, ਤਰਸ ਕਰਨਾ, ਦਿਆਲਤਾ ਕਰਨੀ। ਇਹ ਕਿਰਪਾਨ ਧਾਰਨ ਕਰਨ ਦੇ ਨਾਲ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹੈ। ਗਰੀਬ ਦੀ, ਮਜ਼ਲੂਮ ਦੀ, ਬਾਲਕ ਬਿਰਧ ਦੀ, ਨਿਰਦੋਸ਼ ਦੀ, ਸਭ ਦੀ ਰੱਖਿਆ ਕਰਨੀ, ਜ਼ਾਲਮ ਨੂੰ ਡੰਨ ਦੇਣਾ। ਇਸ ਕਰਕੇ ਭਾਈ ਤਲੋਕੇ ਨੇ ਮਨ ਵਿੱਚ ਵਿਚਾਰ ਕਰਕੇ ਤਲਵਾਰ ਕੋਲੇ ਰੱਖਣ ਤੋਂ ਸੰਕੋਚ ਕਰ ਲਿਆ, ਆਪਣੇ ਪਾਸ ਸ਼ਸਤਰ ਨਹੀਂ ਰੱਖਦਾ ਹੈ। ਕਿਤਕ ਦਿਵਸ ਘਰ ਰਾਖੀ ਸੋਈ, ਤੇਗ ਕਾਠ ਕੀ ਕਰ ਘਰ ਪਾਈ, ਕੀ ਕੀਤਾ, ਮਿਆਨ ਉਹੋ ਹੀ ਹੈ, ਮੁੱਠਾ ਵੀ ਉਹੋ ਹੀ ਹੈ, ਮੁੱਠੇ ਵਿੱਚ ਨਾ ਲੱਕੜ ਦਾ ਫਲ ਤਲਵਾਰ ਵਰਗਾ ਤਿਆਰ ਕਰਕੇ ਪਾ ਲਿਆ। ਔਰ ਜਦੋਂ ਇਸ ਤਰ੍ਹਾਂ ਫੁਲਾਦ ਦਾ ਜਿਹੜਾ ਸ਼ਸਤਰ ਸੀ ਉਹ ਛੱਡ ਦਿੱਤਾ, ਬਾਹਰੋਂ ਉਹੀ ਹੈ, ਵਿੱਚੋਂ ਲੱਕੜ ਦੀ ਤਲਵਾਰ ਪਾ ਲਈ। ਔਰ ਕਿੰਨੇ ਕੁ ਦਿਨ
ਉਹੀ ਗਲ ਵਿੱਚ ਪਾ ਕੇ ਰੱਖੀ ਐ। ਉਤੇ ਲੋਕੇ ਕੋ ਰਿਪ ਕੋਈ, ਆਪਾਂ ਨੀ ਲੱਕੜ ਦੀਆਂ ਪਾਉਣੀਆਂ, ਮਹਾਰਾਜ ਦਾ ਹੁਕਮ ਨੀ ਕਿਤੇ, ਆਪਾਂ ਹੀ ਪਾਉਣ ਲੱਗ ਜਾਓ ਵੀ ਹੁਣ ਲੱਕੜ ਦੀਆਂ ਪਾ ਲਈਏ। ਆਪਾਂ ਨੂੰ ਮਹਾਰਾਜ ਸਾਹਿਬ ਨੇ ਜੋ ਹੁਕਮ ਕੀਤਾ ਆਪਾਂ ਉਵੇਂ ਹੀ ਰਹਿਣਾ, ਤਿਆਰ ਬਰਤਿਆਰ ਪੰਜਾਂ ਕਕਾਰਾਂ ਦੇ ਧਾਰਨੀ ਸਨੱਦ ਬਨੱਦ ਸ਼ਸਤਰਧਾਰੀ ਗੁਰੂ ਕੇ ਖਾਲਸੇ ਨੇ ਰਹਿਣਾ ਹਮੇਸ਼ਾ ਵਾਸਤੇ। ਸੋ ਸਾਧ ਸੰਗਤ ਜੀ, ਉਸ ਵਕਤ ਭਾਈ ਤਲੋਕੇ ਦੇ ਨਾਲ ਕੋਈ ਵੈਰ ਕਰਨ ਵਾਲਾ ਕੁਦਰਤੀ ਹੁੰਦਾ, ਜਦੋਂ ਕੋਈ ਬੰਦਾ ਉੱਚੀ ਪਦਵੀ 'ਤੇ ਚੱਲਿਆ ਜਾਵੇ ਉਹਦੇ ਨਾਲ ਦੂਸਰੇ ਬੰਦੇ ਈਰਖਾ ਵੀ ਕਰਨ ਲੱਗ ਜਾਂਦੇ ਹੈ। ਕਿਸੇ ਕੋਲ ਧਨ ਬਹੁਤ ਆ ਜਾਏ ਦੂਜੇ ਲੋਕ ਐਵੇਂ ਸੜੀ ਜਾਂਦੇ, ਈਰਖਾ ਦੀ ਅੱਗ ਵਿੱਚ ਮਿਲਦਾ ਤਾਂ ਕੁਛ ਵੀ ਨਹੀਂ ਨਾ। ਕੋਈ ਬੰਦਾ ਤਰੱਕੀ ਕਰਦਾ ਦੂਜੇ ਐਵੇਂ ਸੜੀ ਜਾਣਗੇ। ਸੋ ਇਹ ਸੁਭਾਅ ਹੁੰਦਾ ਗੁਰਮੁਖਾਂ ਦਾ, ਐਸਾ ਸੁਭਾਅ ਨਹੀਂ ਹੁੰਦਾ। ਉਹ ਮਹਾਰਾਜ ਦਾ ਹੀ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਜੇ ਇਹਨੂੰ ਤੂੰ ਜ਼ਮੀਨ ਜਾਇਦਾਦ ਚੰਗੀ ਦਿੱਤੀ ਹੈ, ਸੁਖੀ ਵੱਸਦਾ ਪਰਿਵਾਰ ਹੈ ਇਸ ਦਾ, ਇਹਦੇ ਕੋਲ ਚੰਗੇ ਅਹੁਦੇ ਹੈ, ਚੰਗੀਆਂ ਸਵਾਰੀਆਂ ਸਭ ਕੁਛ ਹੈ, ਮਹਾਰਾਜ ਦਿੱਤਾ ਤੇਰਾ ਹੀ ਹੈ ਨਾ, ਇਹ ਬੰਦਾ ਥੋੜ੍ਹੋ ਦੇ ਸਕਦਾ, ਰੱਬ ਦਾ ਹੀ ਦਿੱਤਾ ਹੋਇਆ। ਉਹ ਗੁਰਮੁਖ ਫਿਰ ਰੱਬ ਦਾ ਸ਼ੁਕਰਾਨਾ ਕਰਦੇ ਹੈ, ਜੇ ਤੂੰ ਉਹਨੂੰ ਵੀ ਦੇ ਸਕਦਾ ਸਾਨੂੰ ਵੀ ਦੇ ਸਕਦਾ, ਉਹਦੇ ਤੋਂ ਮੰਗੋ ਨਾ, ਉਹ ਆਪੇ ਦੇ ਦੂਗਾ ਤੁਹਾਨੂੰ ਵੀ। ਪਰ ਮਨ ਵਿੱਚ ਕੋਈ ਦੁਵੈਸ਼ ਨਾ ਰੱਖੋ, ਈਰਖਾ ਦੁਵੈਸ਼ ਤੋਂ ਬਚੋ ਜਿੰਨਾ ਬਚਿਆ ਜਾਏ, ਮਹਾਰਾਜ ਕਿਰਪਾ ਰੱਖਣ। ਸੋ ਤਲੋਕੇ ਦਾ ਇੱਕ ਵੈਰੀ ਸੀ ਜਿਹੜਾ ਮਨ ਵਿੱਚ ਈਰਖਾ ਕਰਦਾ ਸੀ, ਭਾਈ ਤਲੋਕੇ ਦੇ ਅਹੁਦੇ ਨੂੰ ਵੇਖ ਕੇ, ਉਹਦੀ ਤਰੱਕੀ ਨੂੰ ਵੇਖ ਕੇ, ਔਰ ਮੌਕੇ ਦਾ ਹਾਕਮ ਭਾਈ ਤਲੋਕੇ 'ਤੇ ਬਹੁਤਾ ਵਿਸ਼ਵਾਸ ਕਰਦਾ ਸੀ, ਇਸ ਕਰਕੇ ਉਹਦੇ ਮਨ ਵਿੱਚ ਈਰਖਾ ਆ ਗਈ। ਤਿਸਨੇ ਸਕਲ ਭੇਦ ਕੋ ਪਾਏ, ਉਹਨੇ ਸਾਰੀ CID ਲੈ ਲਈ ਚੰਗੀ ਤਰ੍ਹਾਂ, ਸਾਰਾ ਭੇਦ ਪਾ ਲਿਆ, ਸਾਰੀ ਖੋਜ ਕਰ ਲਈ। ਚਾਰੀ ਕਰੀ ਮੁਗਲ ਢਿੱਗ ਜਾਏ, ਮੁਗਲ ਕੋਲੇ ਜਾ ਕੇ ਭਾਈ ਤਲੋਕੇ ਦੀ ਚੁਗਲੀ ਕਰ ਦਿੱਤੀ ਹੈ। ਚੁਗਲ ਬੰਦੇ ਬੜੇ ਖਤਰਨਾਕ ਹੁੰਦੇ ਹੈ ਸਾਧ ਸੰਗਤ ਜੀ, ਅਸਮਾਨਾਂ ਦੇ ਵਿੱਚ ਵੀ ਕਹਿੰਦੇ ਛੇਕ ਪਾ ਦਿੰਦੇ ਆ ਜਿਹੜੇ ਚੁਗਲ ਹੁੰਦੇ ਹੈ। ਇਸ ਕਰਕੇ ਚੁਗਲ ਨੇ ਚੁਗਲੀ ਕਰ ਦਿੱਤੀ ਹੈ। ਕਹਿਣ ਲੱਗਾ ਤੂੰ ਸਾਰਿਆਂ ਤੋਂ ਵੱਡਾ ਆਪਣਾ ਖਾਸ ਸਿਪਾਹੀ ਸੂਰਮਾ ਮਰਦ, ਆਪਣਾ ਰੱਖਿਅਕ ਤਲੋਕੇ ਨੂੰ ਸਮਝਦਾ ਹੈ। ਤੇਗ ਕਾਠ ਕੀ ਰਾਖਤ ਪਾਹੀ, ਉਹ ਤੇਰੀ ਰੱਖਿਆ ਕੀ ਕਰੇਗਾ, ਉਹ ਤਾਂ ਗਲ ਵਿੱਚ ਲੱਕੜ ਦੀ ਤਲਵਾਰ ਪਾ ਕੇ ਰੱਖਦਾ ਜਿਹਦੇ ਤੂੰ ਇੰਨਾ ਵਿਸ਼ਵਾਸ ਕਰਦਾ ਹੈ। ਲੋਹ ਮੁੱਠ ਉੱਪਰ ਦਿਖਰਾਈ, ਕਹਿੰਦਾ ਉੱਤੇ ਕੇਵਲ ਲੋਹੇ ਦੀ ਮੁੱਠ ਹੈ, ਦਿਖਾਉਣ ਵਾਸਤੇ ਭੁਲੇਖਾ ਪਾਉਣ ਵਾਸਤੇ ਧੋਖਾ ਕਰਕੇ ਉਹਨੇ ਇਹੋ ਜਿਹਾ ਬਾਹਰੋਂ ਦਿਖਾਵਾ ਕੀਤਾ ਹੋਇਆ ਹੈ। ਜੇ ਪਹਿਰੇਦਾਰ ਕੋਲ ਚੰਗਾ ਸ਼ਸਤਰ ਨਹੀਂ ਤਾਂ ਸਾਧ ਸੰਗਤ ਜੀ ਸਵਾਮੀ ਦੀ ਮਾਲਕ ਦੀ ਰੱਖਿਆ ਕੀ ਕਰੇਗਾ, ਕਹਿੰਦਾ ਤੇਰੀ ਕੀ ਰੱਖਿਆ ਕਰੇਗਾ। ਉਹ ਦਰਬ ਕੋ ਕਰ ਚਤੁਰਾਈ, ਬੜੀ ਚਤੁਰਾਈ ਕਰਕੇ ਤੇਰੇ ਕੋਲੋਂ ਧਨ ਪੂਰਾ ਲੈਂਦਾ, ਪਰ ਇਮਾਨਦਾਰੀ ਨਾਲ ਨਹੀਂ, ਤੇਰੀ ਸੇਵਾ ਨੌਕਰੀ ਚਾਕਰੀ ਕਰਦਾ ਹੈ। ਸੁਨਤ ਮੁਗਲ ਨਹਿ ਮਾਨੀ ਬਾਨੀ, ਮੁਗਲ ਨੂੰ ਬੜਾ ਵਿਸ਼ਵਾਸ ਸੀ ਸਾਧ ਸੰਗਤ ਜੀ, ਤੁਰਕਾਂ ਦੇ ਰਾਜ ਵਿੱਚ ਮੁਗਲਾਂ ਦੇ ਰਾਜ ਵਿੱਚ ਇੱਕ ਪਾਸੇ 100 ਮੁਗਲ ਹੋਣਾ, ਮੁਸਲਮਾਨ ਤੁਰਕ ਹੋਣਾ, ਇੱਕ ਪਾਸੇ ਸਿੱਖ, ਕਾਜ਼ੀ ਉਦੋਂ ਜੱਜ ਦਾ ਰੁਤਬਾ ਰੱਖਦੇ ਸਨ। ਉਹ ਕਹਿੰਦੇ ਸਿੱਖ ਸੱਚ ਬੋਲਦੇ ਹੈ, ਸਿੱਖ ਦੀ ਗਵਾਹੀ ਸੱਚੀ ਮੰਨੀ ਜਾਂਦੀ ਸੀ, ਮੁਗਲਾਂ ਦੀ ਗਵਾਹੀ ਨੂੰ ਸੱਚ ਨਹੀਂ ਮੰਨਦੇ ਸਨ। ਸਿੱਖਾਂ ਦਾ ਕਿਰਦਾਰ ਇੰਨਾ ਉੱਚਾ ਸੁੱਚਾ ਮੰਨਿਆ ਜਾਂਦਾ ਸੀ, ਬੜਾ ਸਨਮਾਨ ਸੀ। ਮੁਗਲ ਨੇ ਚੁਗਲ ਦੀ ਗੱਲ ਨੂੰ ਨਹੀਂ ਮੰਨਿਆ, ਪ੍ਰਵਾਨ ਨਹੀਂ ਕੀਤਾ। ਸੂਰਤ ਲੋਕਾਂ ਮਹਾਗੁਮਾਨੀ, ਕਹਿਣ ਲੱਗਾ ਮੂਰਖਾ ਭਾਈ ਤਲੋਕਾ ਬੜਾ ਵੱਡਾ ਸੂਰਮਾ,
ਗੁਮਾਨੀ ਦਾ ਅਰਥ ਹੁੰਦਾ ਹੰਕਾਰੀ, ਪਰ ਹੰਕਾਰੀ ਨਹੀਂ ਇੱਥੇ ਗੁਮਾਨੀ ਦਾ ਅਰਥ ਲੱਗੇਗਾ, ਬੜਾ ਅਣਖੀ ਹੈ। ਇਸ ਕਰਕੇ ਭਾਈ ਤਲੋਕਾ ਬੜਾ ਅਣਖੀ ਸੂਰਮਾ ਹੈ, ਬਹਾਦਰ ਹੈ। ਮੈਂ ਸਾਦਰ ਰੱਖੋ ਦੇ ਧਨ ਕੋ, ਕਹਿੰਦਾ ਮੈਂ ਉਹਦਾ ਸਭ ਤੋਂ ਵੱਧ ਸਨਮਾਨ ਕਰਕੇ ਸਾਰਿਆਂ ਨਾਲੋਂ ਵੱਧ ਧਨ ਦੇ ਕੇ ਤਨਖਾਹ ਦੇ ਕੇ ਆਪਣੇ ਕੋਲੇ ਰੱਖਦਾ ਹਾਂ। ਜਾਨੋ ਕਾਜ ਕਰੇ ਬੜ ਰਨ ਕੋ, ਮੈਂ ਜਾਣਦਾ ਜਦੋਂ ਕਿਤੇ ਜੰਗ ਵਿੱਚ ਕੋਈ ਕੰਮ ਪੈਂਦਾ ਮੌਕਾ ਆਉਂਦਾ, ਸਭ ਤੋਂ ਵੱਧ ਜੰਗ ਉਹ ਲੜਦਾ ਅੱਗੇ ਹੋ ਕੇ। ਵੱਡਿਆਂ ਵੱਡਿਆਂ ਜੰਗਾਂ ਦੇ ਵਿੱਚੋਂ ਮੈਨੂੰ ਉਸ ਨੇ ਜਿੱਤ ਦਵਾਈ ਹੈ, ਫਤਿਹ ਪ੍ਰਾਪਤ ਹੋਈ ਉਸ ਦੇ ਕਾਰਨ। ਉਹਨੇ ਮੁਗਲ ਸੰਗ ਚੁਗਲ ਉਚਾਰੇ, ਫਿਰ ਚੁਗਲ ਨੇ ਮੁਗਲ ਨੂੰ ਫਿਰ ਦੁਬਾਰਾ ਗੱਲ ਸ਼ੁਰੂ ਕਰ ਲਈ। ਚੁਗਲ ਬੰਦੇ ਹਟਦੇ ਨਹੀਂ ਨਾ ਹੁੰਦੇ, ਸੋ ਉਹਨੇ ਕਹਿਣ ਲੱਗਾ, ਫਿਰ ਦੁਬਾਰਾ ਗੱਲ ਕੀਤੀ ਉਸ ਦੇ ਕੰਨਾਂ ਵਿੱਚ। ਆਪ ਸਭਾ ਲਾਭ ਹੋ ਇੱਕ ਬਾਰ, ਕਹਿੰਦਾ ਜੀ ਮੇਰੇ 'ਤੇ ਜੇ ਵਿਸ਼ਵਾਸ ਨਹੀਂ ਤਾਂ ਇੱਕ ਵਾਰੀ ਸਭਾ ਲਾ ਲਓ, ਆਪਣਾ ਦਰਬਾਰ ਲਾ ਲਓ, ਸਾਰੇ ਸੂਰਮਿਆਂ ਨੂੰ ਬੁਲਾ ਲਓ, ਢੰਗ ਦੱਸਣ ਲੱਗ ਪਿਆ ਆਪਣੇ ਕੋਲੋਂ। ਤਦ ਹੈ ਅਚਾਨਕ ਲਿਓ ਨਿਕਸਾਈ, ਜੇ ਮੇਰੇ 'ਤੇ ਵਿਸ਼ਵਾਸ ਨਹੀਂ ਤਾਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਕੇ ਤਾਂ ਵਿਸ਼ਵਾਸ ਕਰੋਗੇ ਨਾ। ਬੰਦਾ ਕਹਿ ਹੀ ਦਿੰਦਾ ਜੇ ਮੇਰੇ 'ਤੇ ਭਰੋਸਾ ਨਹੀਂ ਤਾਂ ਅੱਖਾਂ ਨਾਲ ਵੇਖ ਲੈ, ਤੈਨੂੰ ਪਤਾ ਹੀ ਲੱਗ ਜੂਗਾ ਵੀ ਗੱਲ ਮੈਂ ਸੱਚੀ ਕਰਦਾ ਕਿ ਝੂਠੀ ਕਰਦਾ। ਕਹਿੰਦਾ ਦਰਬਾਰ ਲਾ ਲੈ, ਦਰਬਾਰ ਵਿੱਚ ਬੁਲਾ ਕੇ ਤਲੋਕੇ ਦੇ ਮਿਆਨ ਵਿੱਚੋਂ ਤਲਵਾਰ ਕਢਾ ਕੇ ਵੇਖ ਲੈ, ਤੈਨੂੰ ਪੱਕਾ ਪਤਾ ਲੱਗ ਜਾਏਗਾ ਜੋ ਮੈਂ ਗੱਲ ਕਹੀ ਆ ਉਹ ਸੱਚੀ ਹੈ। ਦੇਖੀ ਪਰੈ ਹੋਏ ਜਸ ਪਾਹੀ, ਜਿਹੋ ਜੀ ਪਾਈ ਹੋਏਗੀ ਉਹੋ ਜੀ ਤੂੰ ਦੇਖ ਲਵੇਂਗਾ, ਤੈਨੂੰ ਆਪ ਯਕੀਨ ਆ ਜਾਏਗਾ। ਜੇਕਰ ਤੇਗ ਕਾਠ ਕੀ ਹੋਏ, ਜੇ ਕਰਕੇ ਲੱਕੜ ਦੀ ਤਲਵਾਰ ਹੋਈ ਫੁਲਾਦ ਦੀ ਨਾ ਹੋਈ, ਦੇਹੋ ਨਾ ਦਰਬ ਬਿਨਾ ਕਰ ਸੋਏ, ਫਿਰ ਜਿਹੜਾ ਤੂੰ ਧਨ ਦੰਨਾ 50 ਰੁਪਏ ਚਾਂਦੀ ਦੇ ਨਾਂ ਦਈ, ਨੌਕਰੀ ਤੋਂ ਬਾਹਰ ਕੱਢ ਦਈ, ਨਾ ਰੱਖੀ ਉਸ ਨੂੰ ਨੌਕਰੀ ਤੇ। ਜੇ ਲੋਹਾ ਖੜਗ ਪ੍ਰਕਾਸ਼, ਜੇ ਲੋਹਾ ਜੇ ਖੜਗ ਲੋਹੇ ਦਾ ਹੋਇਆ ਐਨ ਤੇਜ ਤਿੱਖਾ ਅਤੇ ਕਰਾਰਾ, ਤਾਂ ਲਿਓ ਦੰਡ ਜੇ ਹੋਏ ਮਮ ਪਾਸ, ਐਨ ਜਿਹਦੀ ਚਮਕ ਵੀ ਜਿਵੇਂ ਬਿਜਲੀ ਚਮਕਦੀ ਹੈ, ਤਲਵਾਰਾਂ ਐਵੇਂ ਨਹੀਂ ਜੰਗਾਲ ਨਾਲ ਭਰੀਆਂ ਹੋਈਆਂ ਖਾਧੀਆਂ ਹੋਈਆਂ ਹੋਣੀਆਂ ਚਾਹੀਦੀਆਂ। ਸ਼ਸਤਰਾਂ ਦੀ ਸੇਵਾ, ਭਾਈ ਸ਼ਸਤਰ ਪੀਰ ਹਨ, ਇਹਨਾਂ ਦੀ ਸੇਵਾ ਵੀ, ਇਹਨਾਂ ਦਾ ਸਤਿਕਾਰ ਵੀ ਬੜੇ ਧਿਆਨ ਨਾਲ ਰੱਖਣਾ। ਸੋ ਇਹ ਅਣਗਹਿਲੀ ਨਹੀਂ ਕਦੇ ਵਾਸਤੇ ਵੀ ਕਰਨੀ। ਗਾਤਰੇ ਵਾਲੀ ਸ੍ਰੀ ਸਾਹਿਬ ਵੀ ਐਨ ਮਾਂਜ ਕੇ ਸਾਫ਼ ਕਰਕੇ ਐਨ ਚੰਗੀ ਤਰ੍ਹਾਂ ਪਵਿੱਤਰਤਾ ਨਾਲ ਉਹਦੀ ਸੰਭਾਲ ਕਰਨੀ ਚਾਹੀਦੀ ਹੈ। ਕਈਆਂ ਦੇ ਇੰਨਾ ਜੰਗਾਲ ਲੱਗਾ ਹੁੰਦਾ ਮਿਆਨ 'ਚੋਂ ਕਲ ਸ੍ਰੀ ਸਾਹਿਬ ਹੀ ਨਹੀਂ ਨਿਕਲਦੀ, ਦੇਗ ਨੂੰ ਭੋਗ ਲਵਾਉਣ ਲੱਗਿਆਂ ਇੰਨੇ ਢਿੱਲੜ ਹੁੰਦੇ ਆ ਕਈ ਬੰਦੇ। ਸੋ ਭਾਈ ਇਹ ਖਿਆਲ ਰੱਖਣਾ। ਕਹਿਣ ਲੱਗਾ ਜੇ ਤਾਂ ਐਨ ਬਿਜਲੀ ਦੀ ਲਸ਼ਕੋਰ ਵਾਂਗੂ ਚਮਕਦੀ ਹੋਈ, ਤਿੱਖੀ ਧਾਰ ਵਾਲੀ ਹੋਈ, ਐਨ ਬਹੁਤ ਵਧੀਆ ਖੜਗ ਹੋਇਆ। ਸੁਣਤ ਮੁਗਲ ਕਹਿ ਸੰਸਾ ਭਾਇਓ, ਤਾਂ ਲਿਹੋ ਦੰਡ ਜੇ ਹੋਏ ਮਮ ਪਾਸ। ਕਹਿੰਦੇ ਫਿਰ ਇਹ ਸ਼ਰਤ ਹੈ, ਜੋ ਕੁਝ ਵੀ ਮੇਰੇ ਕੋਲ ਹੈ ਮੈਨੂੰ ਡੰਨ ਲਾ ਦੀ, ਇਹ ਸਜ਼ਾ ਲਾ ਦੀ, ਜੋ ਕੁਝ ਧਨ ਪਦਾਰਥ ਜਾਇਦਾਦ ਹੈ ਉਸ ਦੇ ਵਜਾਨੇ 'ਚੋਂ ਮੇਰਾ ਸਾਰਾ ਜ਼ਬਤ ਕਰ ਲਈ। ਇਸ ਕਰਕੇ ਮੈਂ ਇਹ ਸ਼ਰਤ ਵੀ ਨਾਲ ਰੱਖਦਾ ਹਾਂ। ਸੁਣਤ ਮੁਗਲ ਕਹਿ ਸੰਸਾ ਭਇਓ, ਵੱਡੇ ਲੋਕ ਜਿਹੜੇ ਰਾਜੇ ਹੁੰਦੇ ਆ ਨਾ, ਇਹਨਾਂ ਦੇ ਕੰਨ ਕੱਚੇ ਹੁੰਦੇ ਆ, ਸਿਆਣਿਆਂ ਦਾ ਕਥਨ ਸੱਚਾ ਹੀ ਹੈ। ਉਹ ਕੰਨ ਕੱਚੇ ਸਨ, ਸਾਧ ਸੰਗਤ ਜੀ
ਉਸੇ ਵਕਤ ਮਨ ਵਿੱਚ ਸ਼ੰਕਾ ਆ ਗਈ। ਸ਼ੰਕਾ ਪਾਉਣੀ ਕਿਹੜਾ ਔਖਾ ਕੰਮ ਨਹੀਂ, ਸ਼ੰਕਾ ਤਾਂ ਜਿਹਨੂੰ ਮਰਜ਼ੀ ਪਾ ਦਿਓ, ਗੱਲ ਤਾਂ ਸ਼ੰਕਾ ਕੱਢਣੀ ਔਖੀ ਹੈ। ਕਦਮ ਕਦਮ 'ਤੇ ਅੱਜ ਸਿੱਖਾਂ ਵਿੱਚ ਸ਼ੰਕਾ ਹੀ ਪਾਈ ਜਾ ਰਹੀ ਹੈ, ਹਰ ਗੱਲ 'ਤੇ ਸ਼ੰਕਾ ਹੀ ਪਾਈ ਜਾਂਦੇ ਆ। ਜਿਹਨੂੰ ਵਿਚਾਰੇ ਨੂੰ ਕੋਈ ਪਤਾ ਨਹੀਂ, ਉਹਨਾਂ ਦੇ ਕੋਲ ਜਾ ਕੇ ਸ਼ੰਕਾਵਾਦੀ ਪ੍ਰਚਾਰ ਕਰੋ, ਉਹਨਾਂ ਦਾ ਮਨ ਡੋਲ ਜਾਂਦਾ। ਕੱਚੀ ਸ਼ਰਧਾ ਕੱਚਾ ਵਿਸ਼ਵਾਸ ਹੈ ਸਤਸੰਗ ਜੀ, ਕੱਚਾ ਦੁੱਧ ਫੁੱਟ ਹੀ ਜਾਂਦਾ ਨਾ। ਇਸ ਕਰਕੇ ਤਾਂ ਕਰਕੇ ਮੱਤ ਔਰ ਦੁੱਧ ਬੁੱਧ ਦਾ ਕਹਿੰਦੇ ਕੋਈ ਭਰੋਸਾ ਨਹੀਂ ਕਦੋਂ ਫਟ ਜਾਏ। ਇਸ ਤਰ੍ਹਾਂ ਕੱਚੀ ਮੱਤ ਵਾਲਾ ਬੰਦਾ ਛੇਤੀ ਡੋਲ ਜਾਂਦਾ। ਸ਼ੰਕਾ ਪਾਉਣੀ ਬੜੀ ਸੌਖੀ ਹੈ, ਅਤੇ ਸ਼ੰਕਾ ਦਾ ਅਸਰ ਵੀ ਹੁੰਦਾ, ਗੱਲ ਤਾਂ ਸ਼ੰਕਾ ਕੱਢਣੀ ਹੈ। ਸ਼ੰਕਾ ਕੱਢਣ ਦਾ ਕੰਮ ਨਹੀਂ ਹੋ ਰਿਹਾ ਅੱਜ, ਸ਼ੰਕਾ ਪੈਦਾ ਕਰਨ ਵਾਲੇ ਰਸਤੇ ਲੋਕ ਤੁਰੇ ਹੋਏ ਆ ਸਿੱਖਾਂ ਵਿੱਚ। ਇਹ ਮਨਮਤੀਏ ਹਰ ਗੱਲ 'ਤੇ ਸ਼ੰਕਾ, ਪੈਰ ਪੈਰ 'ਤੇ ਸ਼ੰਕਾ ਪੈਦਾ ਕਰ ਰਹੇ ਆ। ਸ਼ੰਕਾ ਪੈਦਾ ਕਰਨ ਦਾ ਮਤਲਬ ਕੀ ਹੁੰਦਾ? ਕਮਜ਼ੋਰ ਕਰਨਾ। ਕਿਸੇ ਘਰ ਵਿੱਚ ਸ਼ੰਕਾ ਪਾ ਦਿਓ, ਦੁਬਧਾ ਪਾ ਦਿਓ, ਟੱਬਰ ਉਦੋਂ ਹੀ ਫਟ ਕੇ ਵਿਖਰ ਜਾਊਗਾ, ਉਹਨਾਂ ਦੀ ਸ਼ਕਤੀ ਏਕਤਾ ਸਭ ਕੁਝ ਤਬਾਹ ਹੋ ਜਾਊ। ਇਸੇ ਤਰ੍ਹਾਂ ਭਾਈ ਸਿੱਖਾਂ ਵਿੱਚ ਸ਼ੰਕਾ ਪਾ ਕੇ ਇਹਨਾਂ ਨੂੰ ਪਾੜ ਦਿਓ, ਦੁਬਧਾ ਪੈਦਾ ਕਰ ਦਿਓ, ਪੰਥ ਦੀ ਸ਼ਕਤੀ ਨੂੰ ਕਮਜ਼ੋਰ ਕਰੋ। ਬਸ ਉਹ ਸਰਕਾਰਾਂ ਕੋਲੋਂ ਇਸੇ ਗੱਲ ਦਾ ਹੀ ਪੈਸਾ ਲੈ ਰਹੇ ਹੈ ਕਿ ਕੌਮ ਨੂੰ ਕਮਜ਼ੋਰ ਕਰਨ ਦੀ ਸਾਡੀ ਡਿਊਟੀ ਹੈ, ਤੁਸੀਂ ਨਿਸ਼ਚਿੰਤ ਰਹੋ। ਅਸੀਂ ਬਾਣੀ 'ਤੇ ਵੀ ਸ਼ੰਕਾ ਪੈਦਾ ਕਰਾਂਗੇ, ਰਹਿਤ 'ਤੇ ਵੀ, ਗੁਰੂ ਕੀਆਂ ਪਰੰਪਰਾਵਾਂ 'ਤੇ ਵੀ, ਗੁਰ ਇਤਿਹਾਸ 'ਤੇ ਵੀ। ਸੋ ਇਸ ਲਈ ਮੁਗਲ ਦੇ ਮਨ ਵਿੱਚ ਸ਼ੰਕਾ ਆ ਗਈ। ਮਨ ਜਿਹੜਾ ਨਾ, ਉਹਦੇ ਵਿੱਚ ਦ੍ਰਿੜਤਾ ਨਾ ਰਹੀ, ਡੋਲ ਗਿਆ ਮਨ, ਸ਼ੰਕਾਵਾਦੀ ਹੋ ਗਿਆ। ਸਕਲ ਦੀਵਾਨ ਲਾਏ ਨਿਜ ਲਾਇਓ, ਮੁਗਲ ਨੇ ਉਸੇ ਵਕਤ ਆਪਣਾ ਦਰਬਾਰ ਲਾ ਲਿਆ, ਸਾਰੇ ਸੂਰਮੇ ਸੱਦ ਲਏ, ਵਿੱਚੇ ਵਜ਼ੀਰ ਵੀ ਬੁਲਾ ਲਏ, ਖੜਗ ਸਿਪਰ ਧਰ ਬ੍ਰਿੰਦ ਸਿਪਾਹੀ, ਸਾਰਿਆਂ ਦੇ ਕੋਲੇ ਢਾਲਾਂ ਵੀ, ਖੜਗ ਵੀ, ਤਲਵਾਰਾਂ ਵੀ ਹਨ, ਆਪੋ ਆਪਣੇ ਸ਼ਸਤਰ ਲੈ ਕੇ ਸਿਪਾਹੀ ਆ ਗਏ ਸੂਰਮੇ। ਬੈਠੇ ਸਹਿਤ ਤਲੋਕੇ ਪਾਹੀ, ਜਿੱਥੇ ਭਾਈ ਤਲੋਕਾ ਤਲੋਕੇ ਦੇ ਕੋਲੇ ਸਾਰੇ ਬੈਠ ਗਏ ਆਲੇ ਦੁਆਲੇ। ਨਹੀਂ ਨਿਰਾਦਰ ਇਸ ਕੋ ਹੋਏ, ਹੁਣ ਮੁਗਲ ਸਰਦਾਰ ਮਨ ਵਿੱਚ ਸੋਚਦਾ ਕਿ ਭਾਈ ਤਲੋਕੇ ਨੂੰ ਇਸ ਢੰਗ ਨਾਲ ਗੱਲ ਕਵਾਂ ਨਾ ਕਿ ਅਣਖੀ ਸੂਰਮਾ ਕੋਈ ਐਸੀ ਗੱਲ ਮੇਰੇ ਮੂੰਹੋਂ ਨਾ ਨਿਕਲ ਜਾਏ ਕਿ ਇਹਦਾ ਮਨ ਦੁਖੀ ਹੋ ਜਾਏ, ਮਨ ਨੂੰ ਚੋਟ ਕਰ ਜਾਏ ਕੋਈ ਸ਼ਬਦ, ਮਨ ਨੂੰ ਕੋਈ ਸੱਟ ਨਾ ਲੱਗ ਜਾਏ, ਮਨ ਉੱਤੇ ਕੋਈ ਘਾ ਨਾ ਹੋ ਜਾਏ। ਮੈਂ ਆਪਣੀ ਗੱਲ ਜਿਹੜੀ ਪੂਰੀ ਵੀ ਕਰ ਲਵਾਂ ਜੋ ਮਨੋਰਥ ਹੈ, ਪਰ ਇਹਦਾ ਆਦਰ ਵੀ ਰਹਿ ਜਾਏ, ਮਾਣ ਵੀ ਰਹੇ, ਸਨਮਾਨ ਵੀ ਰਹੇ ਭਰੀ ਸਭਾ ਦੇ ਵਿੱਚ। ਮੈਂ ਚੁਗਲ ਦੇ ਆਖਿਆਂ ਸਿੱਧਾ ਹੀ ਕਹਿ ਦਿੱਤਾ, ਚੁਗਲ ਦੀ ਗੱਲ ਸੱਚੀ ਨਾ ਹੋਈ, ਤਲੋਕੇ ਵਰਗਾ ਸੂਰਮਾ ਇੱਕ ਵਾਰੀ ਗੁੱਸੇ 'ਚ ਆ ਕੇ, ਅਣਖ ਦੇ ਵਿੱਚ ਆ ਕੇ ਮੇਰਾ ਰਾਜ, ਮੇਰਾ ਦਰਬਾਰ ਛੱਡ ਕੇ ਚਲੇ ਗਿਆ। ਮੈਨੂੰ ਤਾਂ ਤਲੋਕੇ ਵਰਗਾ ਸੂਰਮਾ ਥੋੜ੍ਹੋ ਮਿਲਣਾ, ਭਾਵੇਂ 100 ਮੇਰੇ ਕੋਲ ਹੋਣ ਪਹਿਰੇ 'ਤੇ ਰਹਿਣ ਵਾਲੇ। ਉਸ ਵਕਤ ਮਨ ਵਿੱਚ ਸੋਚਿਆ ਕਿ ਨਿਰਾਦਰ ਵੀ ਨਾ ਹੋਵੇ ਭਾਈ ਤਲੋਕੇ ਦਾ। ਹਿਰਦੇ ਵਿਚਾਰ ਮੁਗਲ ਕੀ ਸੋਏ, ਹਿਰਦੇ ਵਿੱਚ ਵਿਚਾਰ ਕੀਤੀ, ਸੋਚਿਆ ਪ੍ਰਥਮ ਖੜਗ ਨਿਜ ਖੈਂਚ ਦਿਖਾਇਓ। ਤਰੀਕਾ, ਸਿਆਣੇ ਬੰਦੇ ਤਰੀਕੇ ਨਾਲ ਯੁਗਤੀ ਨਾਲ ਬਚਨ ਕਰਦੇ ਆ, ਤਾਂ ਹੀ ਕਹਿੰਦੇ ਸਿਆਣਿਆਂ ਗੁਰਮੁਖਾਂ ਦੀ, ਬਜ਼ੁਰਗਾਂ ਦੀ ਸੰਗਤ ਕਰੋ। ਜਿੰਨੀ ਸੰਗਤ ਹੋਏਗੀ, ਜਿੰਨਾ ਸਾਧ ਸੰਗਤ ਜੀ, ਸੋਨਾ ਅੱਗ ਦੇ ਥਲੇ, ਅੱਗ ਜਿੰਨੀ ਸੋਨੇ ਨੂੰ ਤਪਾਏਗੀ ਨਾ,
ਉਨੀ ਸੋਨੇ ਦੀ ਖੋਟ ਨਿਕਲਦੀ ਹੈ। ਜਿੰਨੀ ਜ਼ਿੰਦਗੀ ਦੇ ਵਿੱਚ ਬੰਦਾ ਸੰਗਤ ਕਰਦਾ ਸਿਆਣਿਆਂ ਦੀ, ਗੁਣਵਾਨਾਂ ਦੀ, ਉਨਾ ਹੀ ਬੰਦਾ ਸਾਧ ਸੰਗਤ ਦੀ ਜੀਵਨ ਦੇ ਵਿੱਚ ਕਾਮਯਾਬ ਹੋ ਜਾਂਦਾ। ਕਾਮਯਾਬੀ ਜਿਹੜੀ ਹੈ, ਸ੍ਰੇਸ਼ਟ ਸੰਗਤ ਜਿਹੜੀ ਹੈ, ਉਹ ਕਾਮਯਾਬੀ ਦੇ ਸਿਖਰ 'ਤੇ ਮਨੁੱਖ ਨੂੰ ਪਹੁੰਚਾ ਦਿੰਦੀ ਹੈ। ਔਰ ਤਾਂ ਲੱਗ ਲੱਗ ਕੇ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ ਕਿਤੇ ਜਾ ਕੇ ਫਿਰ ਬੰਦਾ ਕਿਸੇ ਮੰਜ਼ਿਲ ਨੂੰ ਹਾਸਲ ਕਰਦਾ। ਐਵੇਂ ਨਹੀਂ ਵੱਡੀਆਂ ਵੱਡੀਆਂ ਮੰਜ਼ਿਲਾਂ ਹਾਸਲ ਹੋ ਜਾਂਦੀਆਂ, ਬੜੀਆਂ ਘਾਲਣਾ ਘਾਲਣੀਆਂ ਪੈਂਦੀਆਂ ਤਾਂ ਕਿਤੇ ਜਾ ਕੇ ਦੁਨੀਆ ਦੇ ਵਿੱਚ ਲੋਕ ਆਪਣੀ ਮੰਜ਼ਿਲ ਨੂੰ, ਆਪਣੇ ਮਰਾਤਬੇ ਨੂੰ ਹਾਸਲ ਕਰਦੇ ਹੈ। ਇਸ ਕਰਕੇ ਇਹਨੇ ਸੋਚ ਸੋਚ ਕੇ, ਸਭ ਤੋਂ ਪਹਿਲਾਂ ਮੁਗਲ ਨੇ ਆਪਣੀ ਤਲਵਾਰ ਆਪਣੇ ਮਿਆਨ ਦੇ ਵਿੱਚੋਂ ਕੱਢ ਕੇ ਭਰੀ ਸਭਾ ਵਿੱਚ ਦਿਖਾਈ। ਹੁਣ ਦੂਸਰ ਕੋ ਕਹਿ ਨਿਕਸਾਇਓ, ਫਿਰ ਕਿਹਾ ਕਹਿੰਦਾ ਵੀ ਭਾਈ ਆਹ ਦੇਖੋ ਮੇਰੀ ਤਲਵਾਰ ਕਿੰਨੀ ਕੀਮਤੀ, ਕਿੰਨੀ ਸੁੰਦਰ ਸ਼ਸਤਰ ਹੈ, ਬੜਾ ਤਿੱਖੀ ਧਾਰ ਵਾਲਾ। ਸਾਰੇ ਸੂਰਮੇ ਆਪੋ ਆਪਣੀਆਂ ਤਲਵਾਰਾਂ ਵਿਖਾਓ, ਮੈਂ ਸਾਰਿਆਂ ਦੇ ਸ਼ਸਤਰ ਚੈੱਕ ਕਰਨੇ ਆ, ਦੇਖਣੇ ਆ ਕਿ ਕਿਸੇ ਕੋਲ ਕੋਈ ਮਾੜਾ ਸ਼ਸਤਰ ਤਾਂ ਨਹੀਂ। ਸਾਰੇ ਦਿਖਾਓ ਭਰੀ ਸਭਾ ਦੇ ਵਿੱਚ ਆਪਣੀਆਂ ਤਲਵਾਰਾਂ। ਕਹੀ ਸਭ ਸੁਭਟ ਕਿਰਪਾਨ, ਸੋ ਸਾਰੇ ਸੂਰਮੇ ਆਪਣੀਆਂ ਤਲਵਾਰਾਂ ਦਿਖਾਓ ਕੱਢ ਕੇ ਮਿਆਨਾਂ ਵਿੱਚੋਂ। ਕਰੋ ਦਿਖਾਵਨ ਅਲਪ ਮਹਾਨ, ਜਿਹਦੇ ਕੋਲੇ ਚੰਗੇ ਤੋਂ ਚੰਗਾ ਸ਼ਸਤਰ ਹੈ, ਮਹਾਨ ਹੈ, ਉਹ ਵੀ ਵਿਖਾਓ। ਜਿਹਦੇ ਕੋਲੇ ਭਾਈ ਕਮਜ਼ੋਰ ਹੈ, ਮਾੜਾ, ਉਹ ਵੀ ਵਿਖਾਓ। ਵਿਖਾਓ ਸਾਰੇ ਹੀ ਤਾਂ ਕਿ ਪਤਾ ਲੱਗੇ ਕਿ ਮੇਰੇ ਸਿਪਾਹੀਆਂ ਕੋਲੇ ਕਿਹੋ ਜਿਹੇ ਸ਼ਸਤਰ ਹਨ। ਸੁਣਤ ਮੁਗਲ ਤੇ ਡਰਤ ਤੇ ਲੋਕੇ, ਹੁਣ ਹੋਰ ਤਾਂ ਕਿਸੇ ਨੂੰ ਡਰ ਨਹੀਂ ਸੀ, ਭਾਈ ਤਲੋਕਾ ਡਰ ਗਿਆ, ਭੈ ਭੀਤ ਹੋ ਗਿਆ ਮਨ ਵਿੱਚ ਮੁਗਲ ਦੀ ਗੱਲ ਸੁਣ ਕੇ। ਕਹਿ ਕਹਾ ਮਮ ਖੜਗ ਬੇ ਲੋਕੇ, ਕਹਿਣ ਲੱਗਾ ਕਿ ਮੇਰੀ ਤਲਵਾਰ ਨੂੰ ਵੇਖ ਕੇ ਮੁਗਲ ਕੀ ਕਹੇਗਾ, ਮੈਂ ਤਾਂ ਲੱਕੜ ਦੀ ਪਾਈ ਬੈਠਾ, ਮੇਰੇ ਕੋਲ ਸਰਬਲੋਹ ਦੀ ਤਾਂ ਹੈ ਨਹੀਂ, ਫਲਾਦ ਦਾ ਸ਼ਸਤਰ ਤਾਂ ਹੈ ਹੀ ਨਹੀਂ, ਮੈਂ ਤਾਂ ਲੱਕੜ ਦਾ ਫਲ ਬਣਾ ਕੇ ਵਿੱਚ ਪਾਇਆ ਹੋਇਆ। ਆ ਕਈ ਡੂਡਣੀ ਜੀ ਕਿਰਪਾਨ ਪਾਈ ਫਿਰਦੇ ਆ ਬਾਹਰੋਂ ਵੀ ਲੱਕੜ ਦਾ, ਐਵੇਂ ਅਣਘੜਤ ਜਿਹਾ ਹੀ ਉਹ ਐਂ ਲੱਗਣਗੇ ਜਿਵੇਂ ਜਾਲੀ ਦੇ ਸਿੱਖ ਹੁੰਦੇ ਆ। ਕਕਾਰ ਸਾਧ ਸੰਗਤ ਜੀ ਸੋਹਣੇ ਪਾਉਣੇ ਚਾਹੀਦੇ ਐਨ, ਗੁਰਸਿੱਖ ਨੂੰ ਕਕਾਰ ਵੀ, ਸ਼ਸਤਰ ਵੀ, ਦੂਸਰੇ ਦੇ ਮਨ ਵਿੱਚ ਵੀ ਖਿੱਚ ਤਾਂ ਪਵੇ ਨਾ ਗੁਰੂ ਕੇ ਬਾਣੇ ਦੀ। ਤੁਹਾਡੇ ਸ਼ਸਤਰ, ਤੁਹਾਡੇ ਕਕਾਰ ਧਾਰਨ ਕੀਤੇ ਤੋਂ ਦੂਸਰਿਆਂ ਦੇ ਮਨ ਵਿੱਚ ਵੀ ਚਾਹ ਪੈਦਾ ਹੋਵੇ। ਉਈ ਲਮਕਾਈ ਫਿਰਨੀਆਂ ਕਈ ਇੱਥੇ ਕਿ ਸਾਧ ਸੰਗਤ ਜੀ ਉਹ ਚਮੜੇ ਦੀ ਪੇਟੀ ਨਾਲ ਹੀ ਲਮਕਾਈ ਫਿਰਨਗੇ ਡੂਡਣੀਆਂ ਜੀਆਂ ਲੱਕੜ ਦੀਆਂ, ਉਹ ਬਹੁਤ ਭੈੜੇ ਜਿਹੇ ਲੱਗਦੇ ਆ, ਜਾਲੀ ਜਿਹੇ ਸਿੱਖ ਲੱਗਦੇ ਆ, ਵੀ ਇਹ ਤਾਂ ਕੋਈ ਇਹਨਾਂ 'ਚੋਂ ਕੋਈ ਸਿੱਖੀ ਦੀ ਆਭਾ ਹੀ ਨਹੀਂ ਨਜ਼ਰ ਆਉਂਦੀ। ਅੱਜ ਤਾਂ ਬੜੀਆਂ ਸੁੰਦਰ ਸੁੰਦਰ ਸ੍ਰੀ ਸਾਹਿਬਾਂ ਸਾਨੂੰ ਮਿਲਦੀਆਂ ਅਤੇ ਕੋਈ ਮਾਇਆ ਦੀ ਵੀ ਹੁਣ ਕਮੀ ਨਹੀਂ ਹੈ। ਧੰਨ ਬਾਬਾ ਮਹਾਰਾਜ ਸਿੰਘ ਸਾਹਿਬ ਜੀ ਦਾ ਤੁਸੀਂ ਚਿੱਤਰ ਦੇਖੋ, ਜਿਹੜਾ ਉਹਨਾਂ ਦਾ ਅਸਲੀ ਚਿੱਤਰ ਹੈ। ਸਾਧ ਸੰਗਤ ਜੀ ਉਹਨਾਂ ਦੇ ਖਜ਼ਾਨੇ, ਪੋਥੀਆਂ ਵਾਲਾ ਖਜ਼ਾਨਾ, ਅਤੇ ਬਹੁਤ ਸੁੰਦਰ, ਬੜੀ ਬਰੀਕੀ ਨਾਲ ਦਰਸ਼ਨ ਹੁੰਦੇ ਆ ਉਹਨਾਂ ਦੇ ਚਿੱਤਰ ਵਿੱਚੋਂ। ਉਹਨਾਂ ਦਾ ਜਿਹੜਾ ਸ੍ਰੀ ਸਾਹਿਬ ਦਾ ਆਹ ਅਗਲਾ ਹਿੱਸਾ ਬਹੁਤ ਸੁੰਦਰ, ਉਸ ਨੂੰ ਤਿਆਰ ਕੀਤਾ ਹੋਇਆ, ਉਹਦੇ ਦਰਸ਼ਨ ਹੁੰਦੇ ਆ। ਮਿਆਨ ਦੇ ਵਿੱਚ ਸ੍ਰੀ ਸਾਹਿਬ ਹੈ, ਲੱਕੜ ਦਾ ਮਿਆਨ ਹੈ, ਮੇਰਾ ਖਿਆਲ ਹੈ 12-13 ਇੰਚ ਦੀ ਸ੍ਰੀ ਸਾਹਿਬ ਉਹਨਾਂ ਦੇ ਗਾਤਰੇ ਹੋਏ। ਤਾਂ ਮੈਂ ਗੱਲ ਕੀਤੀ ਹੈ ਵੀ ਇਹ ਜਿਹੜੇ ਕਈ ਲੋਕ ਕਹਿ ਦਿੰਦੇ ਆ ਜੀ ਪਹਿਲਾਂ ਤਾਂ ਗਾਤਰੇ ਸ੍ਰੀ ਸਾਹਿਬ ਅਖੇ ਪਾਉਂਦੇ ਹੀ ਨਹੀਂ ਹੁੰਦੇ ਸੀ, ਬਾਬਾ ਮਹਾਰਾਜ ਸਿੰਘ ਸਾਹਿਬ ਜੀ ਦੇ ਗਾਤਰੇ ਸ੍ਰੀ ਸਾਹਿਬ ਦੇਖੋ,
ਵੱਡੀ ਤੇਗ ਵੀ ਔਰ ਗਾਤਰੇ ਪੰਜਾਂ ਕਕਾਰਾਂ ਦਾ ਸ੍ਰੀ ਸਾਹਿਬ ਵੀ ਬਹੁਤ ਸੁੰਦਰ 12-13 ਇੰਚ ਦਾ ਉਹਨਾਂ ਦੇ ਮਹਾਂਪੁਰਖਾਂ ਦੇ ਪਾਇਆ ਤੁਹਾਨੂੰ ਦਰਸ਼ਨ ਹੋਣਗੇ ਬਰੀਕੀ ਨਾਲ। ਪਰਸੋਂ ਚੌਥੇ ਦੇ ਟ੍ਰਿਬਿਊਨ ਵਿੱਚ ਉਹਨਾਂ ਦੀ ਤਸਵੀਰ ਅਸਲੀ ਤਸਵੀਰ ਲੱਗੀ ਹੋਈ ਸੀ। ਬੜਾ ਗੁਰਮੁਖੀ ਦਮਾਲਾ ਸਫੇਦ ਰੰਗ ਦਾ ਹੱਥ ਵਿੱਚ ਸਲੋਤਰ ਫੜਿਆ, ਬੜੀ ਮੌਜ ਵਿੱਚ ਆਨੰਦ ਵਿੱਚ ਮਹਾਂਪੁਰਖ ਬੈਠੇ ਹੈ। ਬੜੀ ਵੱਡੀ ਕੁਰਬਾਨੀ ਉਹਨਾਂ ਸਤਿਪੁਰਸ਼ਾਂ ਦੀ। ਧੰਨ ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦਾ ਮੁੱਢ ਬੰਨਣ ਵਿੱਚ ਉਹਨਾਂ ਦੀ ਕੁਰਬਾਨੀ ਪਹਿਲੇ ਦਰਜੇ ਦੀ ਹੈ। ਸੋ ਸਾਧ ਸੰਗਤ ਜੀ, ਉਸ ਵਕਤ ਭਾਈ ਤਲੋਕਾ ਸੋਚਦਾ ਕਿ ਮੇਰੀ ਲੱਕੜ ਦੀ ਤਲਵਾਰ ਵੇਖ ਕੇ ਕੀ ਕਹੇਗਾ ਮੁਗਲ। ਤਬ ਸਤਿਗੁਰ ਔਰ ਸਿਮਰਨ ਕਰੇ। ਜਿੱਥੇ ਸਿੱਖ ਨੂੰ ਕੋਈ ਸੰਕਟ ਆਉਂਦਾ ਨਾ, ਸ਼ਰਧਾਵਾਨ ਸਿੱਖ ਫਿਰ ਆਪਣੇ ਸਤਿਗੁਰੂ ਨੂੰ ਚੇਤੇ ਕਰਦਾ, ਹੋਰ ਨਹੀਂ ਕਿਸੇ ਦੀ ਓਟ ਲੈਂਦਾ। ਕਿਸੇ ਕੋਈ ਕੋਏ ਮੰਝ ਨਮਾਣੀ ਇੱਕ ਤੋਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਦੋਂ ਸਾਧ ਸੰਗਤ ਜੀ ਨਰਕ ਧਾਰੀਆਂ ਨੇ 13 ਸਿੰਘ ਸ਼ਹੀਦ ਕਰ ਦਿੱਤੇ ਔਰ ਪੰਥ ਵਿੱਚੋਂ ਸਾਡੇ ਭਰਾ ਹੀ ਉਹਨਾਂ ਦੇ ਮਗਰ ਹੱਥ ਧੋ ਕੇ ਪੈ ਗਏ, ਉਦੋਂ ਜਥੇ ਦੇ ਸਿੰਘਾਂ ਨੇ ਕਈ ਵਾਰੀ ਬੜਾ ਨਿਰਾਸ਼ ਹੋ ਜਾਣਾ ਅਤੇ ਮਹਾਂਪੁਰਖਾਂ ਨੇ ਬੜੇ ਉਤਸ਼ਾਹ ਵਿੱਚ ਇਹ ਧਾਰਨਾ ਪੜ੍ਹਾਇਆ ਕਰਨੀ, ਸਾਡਾ ਅਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਆਪਾਂ ਪੜ੍ਹ ਲਈਏ ਪ੍ਰੇਮ ਨਾਲ ਸਾਰੇ ਇੱਕ ਵਾਰੀ। ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ। ਬੜਾ ਭਰੋਸਾ ਉਹਨਾਂ ਮਹਾਂਪੁਰਖਾਂ ਨੂੰ ਸੀ ਸਾਧ ਸੰਗਤ ਜੀ ਆਪਣੇ ਸਤਿਗੁਰੂ 'ਤੇ, ਤਾਂ ਹੀ ਉਹਨਾਂ ਨੇ ਦੁਨੀਆ ਵਿੱਚ ਐਡਾ ਵੱਡਾ ਕ੍ਰਿਸ਼ਮਾ ਕਰ ਵਿਖਾਇਆ। ਲੱਖਾਂ ਦੀ ਫੌਜ ਨਾਲ ਇਕੱਲਾ ਮਰਦ ਜੂਝਿਆ ਸਾਧ ਸੰਗਤ ਜੀ। ਸੋ ਇਸ ਕਰਕੇ ਸਿੱਖ ਫਿਰ ਗੁਰੂ ਸਾਹਿਬ ਨੂੰ ਯਾਦ ਕਰਦਾ ਜਦੋਂ ਸਿੱਖ 'ਤੇ ਕੋਈ ਮੁਸੀਬਤ ਆਉਂਦੀ ਹੈ। ਮੈਂ ਉਪਦੇਸ਼ ਆਪ ਕੋ ਧਰੇ। ਹੇ ਮਹਾਰਾਜ, ਮੈਂ ਆਪ ਜੀ ਦੇ ਸਾਰੇ ਉਪਦੇਸ਼ ਤੁਹਾਡੇ ਚਰਨਾਂ ਵਿੱਚੋਂ ਜਾ ਕੇ ਲੈ ਕੇ ਧਾਰਨ ਕੀਤੇ ਮਨ ਵਿੱਚ। ਰਹੋ ਅਹਿੰਸ ਤਜੀ ਤਰਵਾਰ। ਮੈਂ ਤਾਂ ਮਹਾਰਾਜ ਕਿ ਮੇਰੇ ਤੋਂ ਜੀਵ ਹੱਤਿਆ ਨਾ ਹੋ ਜਾਏ। ਤੁਸੀਂ ਕਿਹਾ ਦਇਆ ਕਰਨੀ ਹੈ, ਜੀਵ ਘਾਤ ਨਹੀਂ ਕਰਨਾ, ਹਿੰਸਕ ਰਹਿਣਾ, ਹਿੰਸਾ ਨਹੀਂ ਕਰਨੀ, ਭਾਵ ਜੀਵ ਘਾਤ ਨਹੀਂ ਕਰਨਾ, ਤਾਂ ਮਹਾਰਾਜ ਤਲਵਾਰ ਪਾਉਣੀ ਛੱਡ ਦਿੱਤੀ, ਆਪਣੇ ਆਪ ਹੀ ਫੈਸਲਾ ਲੈ ਲਿਆ ਮਨ ਵਿੱਚ ਭੈ ਭੀਤ ਹੋ ਕੇ। ਉਗਰੇ ਪਰਦਾ ਸਭਾ ਮਝਾਰ। ਅੱਜ ਸਾਰੀ ਸਭਾ ਵਿੱਚ ਮੇਰਾ ਪਰਦਾ ਉਗੜ ਜਾਣਾ, ਦੁਨੀਆ ਨੇ ਵੇਖ ਲੈਣਾ ਹੈ। ਅਬ ਮੇਰੀ ਤੁਮ ਕਰੋ ਸਹਾਈ। ਹੇ ਗੁਰੂ ਅਰਜਨ ਦੇਵ ਜੀ, ਮੇਰੀ ਸਹਾਈ ਹੋ ਕੇ ਸਹਾਇਤਾ ਕਰੋ ਔਖੇ ਸਮੇਂ ਤੇ। ਜਥਾ ਦਰੋਪਦੀ ਲਾਜ ਬਚਾਈ। ਜਿਵੇਂ ਦੁਆਪਰ ਯੁੱਗ ਦੇ ਵਿੱਚ ਦਰੋਪਦੀ ਦੀ ਲਾਜ ਰੱਖੀ ਸੀ ਮਹਾਰਾਜ, ਕੱਪੜ ਕੋਟ ਉਹ ਸਾਰੇ ਨੂੰ ਥੱਕੇ ਦੂਤ ਨਾ ਪਾਰ ਵਸਾਉਂਦੀ, ਇਉਂ ਮਹਾਰਾਜ ਦਰੋਪਦੀ ਦਾ ਪਰਦਾ ਕੱਢਿਆ ਸੀ ਤੁਸੀਂ ਦੁਆਪਰ ਵਿੱਚ ਆਪ।
ਪਰਦਾ ਸਭਾ ਵਿਖਾ ਤਿਸ ਰਾਖਾ, ਉਹਦਾ ਪਰਦਾ ਸਾਰੀ ਸਭਾ ਵਿੱਚ ਐਨ ਕ੍ਰਿਸ਼ਮਾ ਕਰਕੇ ਵਿਖਾਇਆ ਜ਼ਾਲਮ ਦੁਰਯੋਧਨ ਨੂੰ, ਦੁਸ਼ਾਸਨ ਵਰਗੇ ਪਾਪੀਆਂ ਨੂੰ, ਕਿ ਉਸ ਦਾ ਪਰਦਾ ਢੱਕ ਕੇ ਰੱਖਿਆ। ਮਹਾਰਾਜ ਇੱਜ਼ਤ ਬਚਾ ਕੇ ਰੱਖੀ ਤੁਸੀਂ, ਪੂਰੀ ਨਾ ਦੁਸ਼ਟਨ ਕੀ ਆ ਬਿਲਾਖਾ। ਦੁਸ਼ਾਸਨ ਤੇ ਦੁਰਯੋਧਨ ਇੰਨੇ ਪਾਪ ਦੇ ਉੱਤੇ ਆਣ ਉਤਾਰੂ ਹੋਏ ਸਨ। ਸਾਧ ਸੰਗ ਜੀ ਭਰਾਵਾਂ ਦੀ ਘਰਵਾਲੀ ਸੀ ਵੇਖ ਲਓ, ਪਰ ਬੰਦੇ ਦੇ ਅੰਦਰ ਜਦੋਂ ਨਾ ਦੁਸ਼ਟਤਾ ਹੀ ਆਉਂਦੀ ਆ, ਕਿੱਥੇ ਤੱਕ ਗਿਰ ਜਾਂਦਾ ਬੰਦਾ। ਕਹਿੰਦਾ ਮਾਵਾਂ ਦੇ ਤੁੱਲ ਲੱਗਦੀ ਸੀ, ਮਾਵਾਂ ਦੇ ਤੁੱਲ, ਵੱਡੇ ਭਰਾ ਦੀ ਧਰਮ ਸੁਪਤਨੀ ਮਾਂ ਦੇ ਤੁੱਲ ਹੁੰਦੀ ਹੈ। ਦੁਰਯੋਧਨ ਨੇ ਆਰਡਰ ਹੁਕਮ ਕਰ ਦਿੱਤਾ ਕਿ ਦੁਸ਼ਾਸਨ ਜਾ ਕੇ ਦ੍ਰੋਪਦੀ ਨੂੰ ਵਾਲਾਂ ਤੋਂ ਫੜ ਕੇ ਧੋ ਕੇ ਲਿਆ, ਭਰੀ ਸਭਾ ਵਿੱਚ ਇਹਦੇ ਵਸਤਰ ਲਾ ਕੇ ਨੰਗੀ ਕਰ ਦਿਉ। ਐਡਾ ਵੱਡਾ ਜ਼ੁਲਮ, ਐਡਾ ਵੱਡਾ ਸਾਧ ਸੰਗ ਜੀ ਅੱਤਿਆਚਾਰ। ਕਦੇ ਉਹ ਦਰੋਣਾਚਾਰਜ ਵੱਲ ਦੇਖਦੀ ਹੈ, ਜਿਹੜਾ ਸ਼ਸਤਰ ਵਿੱਦਿਆ ਦਾ ਗੁਰੂ ਸੀ, ਅਬਲਾ ਵਿਚਾਰੀ। ਕਦੇ ਕਿਰਪਾਚਾਰੀ ਆ ਕੁੱਲ ਗੁਰੂ ਵੱਲ ਵੇਖਦੀ ਹੈ, ਕਦੇ ਸਹੁਰੇ ਵੱਲ ਧ੍ਰਿਤਰਾਸ਼ਟਰ ਵੱਲ ਦੇਖਦੀ ਹੈ, ਕਦੇ ਪਾਂਡਵਾਂ ਵੱਲ ਦੇਖਦੀ ਹੈ, ਕਦੇ ਪੜਦਾਦਿਆਂ ਦੀ ਥਾਂ 'ਤੇ ਭੀਸ਼ਮ ਪਿਤਾਮਾ ਉਹਦੇ ਵੱਲ ਵੇਖਦੀ ਹੈ ਕਿ ਐਡੇ ਐਡੇ ਸਿਆਣੇ ਬਜ਼ੁਰਗ, ਐਡੇ ਐਡੇ ਮਹਾਤਮਾ ਬੈਠੇ ਆ, ਕੋਈ ਤਾਂ ਰੋਕੇਗਾ ਨਾ। ਕੋਈ ਨਹੀਂ ਉੱਠਿਆ, ਹੱਥ ਜੋੜ ਲਏ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਨਾ ਇਸਤਰੀ ਦਾ ਪਤੀ ਰਖਵਾਲਾ, ਨਾ ਪਤੀ ਉਹਦੀ ਇੱਜ਼ਤ ਦਾ ਭਾਈਵਾਲ ਹੈ, ਹੇ ਸੱਚੇ ਪਾਤਸ਼ਾਹ ਅੱਜ ਪਤੀ ਵੀ ਮੇਰੀ ਇੱਜ਼ਤ ਬਚਾਉਣ ਲਈ ਅੱਗੇ ਨਹੀਂ ਆ ਰਹੇ। ਇਸ ਧਰਤੀ ਦਾ ਕੋਈ ਮਨੁੱਖ ਨਹੀਂ ਜਿਹੜਾ ਮੇਰੀ ਰੱਖਿਆ, ਮੇਰੀ ਪਤ ਬਚਾਏਗਾ, ਹੇ ਪਰਮਾਤਮਾ ਤੂੰ ਮੇਰੀ ਸਹਾਇਤਾ ਕਰ। ਜਦੋਂ ਇੱਥੇ ਗੱਲ ਪਹੁੰਚ ਜਾਏ ਨਾ ਸਿਦਕ ਦੀ, ਫੇਰ ਹੀ ਰੱਬ ਸਹਾਇਤਾ ਕਰਦਾ। ਸਾਧ ਸੰਗ ਜੀ ਐਵੇਂ ਵੀ ਨਹੀਂ ਕਰਦਾ, ਉਹ ਦੇਖਦਾ ਵੀ ਤੂੰ ਲਾ ਲੈ ਜ਼ੋਰ ਆਪਣਾ ਜਿੰਨਾ ਕੁ ਤੇਰੇ ਕੋਲੋਂ ਲੱਗਦਾ। ਜਦੋਂ ਤੇਰਾ ਸਾਰਾ ਜ਼ੋਰ ਲੱਗ ਕੇ ਹੰਭ ਹਾਰ ਕੇ ਥੱਕ ਗਿਆ, ਫੇਰ ਮੈਂ ਤੇਰੀ ਮਦਦ ਕਰੂੰਗਾ। ਤੇਰੇ ਮਨ ਵਿੱਚ ਕੋਈ ਸ਼ੰਕਾ ਨਾ ਰਹਿ ਜੇ ਵੀ ਫਲਾਨੇ ਨੇ ਮੇਰੀ ਮਦਦ ਕਰ ਦੇਣੀ ਸੀ, ਤੈਨੂੰ ਭਰੋਸਾ ਦਵਾਉਣ ਲਈ। ਪਰਮੇਸ਼ਰ ਨੇ ਕਹਿੰਦੇ ਫੇਰ ਦ੍ਰੋਪਦੀ ਦੀ ਪੱਤ ਢਕੀ, ਔਰ ਦੁਸ਼ਟਾਂ ਦੀ ਜੋ ਮਨ ਭਾਉਂਦੀ ਇੱਛਾ ਸੀ ਪਾਪ ਕਰਮ ਵਾਲੀ, ਉਹ ਪੂਰੀ ਨਹੀਂ ਹੋਈ। ਤਿਮ ਮੇਰੀ ਅਬ ਲਾਜ ਰੱਖੀ ਜੈ। ਗੁਰੂ ਅਰਜਨ ਦੇਵ ਜੀ, ਦੁਸ਼ਟਾਂ ਦੀ ਸਭਾ ਵਿੱਚ ਮੈਂ ਵੀ ਘਿਰ ਗਿਆ, ਮੇਰੀ ਵੀ ਲੱਜਿਆ ਰੱਖੋ। ਸਭਾ ਵਿਖੇ ਕਰ ਖੜਕ ਦਿਖੀ ਜੈ, ਹੈ ਲੱਕੜ ਦੀ ਹੈ। ਹੇ ਗੁਰੂ ਅਰਜਨ ਦੇਵ ਜੀ, ਮੈਂ ਝੂਠ ਨਹੀਂ ਬੋਲਦਾ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ 'ਚ ਲਵਲੀਨ ਹੋ ਜਾਂਦਾ, ਆਪਣੇ ਪਰਮੇਸ਼ਰ ਨਾਲ ਉਹ ਐਂ ਗੱਲਾਂ ਕਰਦੇ ਜਿਵੇਂ ਆਪਾਂ ਕਰਦੇ ਹਾਂ ਇੱਕ ਦੂਸਰੇ ਨਾਲ। ਉਹ ਐਂ ਬਚਨ ਕਰ ਰਿਹਾ ਅੰਦਰੋਂ ਸੁਰਤ ਨਾਲ, ਗੁਰੂ ਅਰਜਨ ਦੇਵ ਜੀ ਨਾਲ, ਬੇਨਤੀ ਵਿੱਚ, ਅਰਦਾਸ ਵਿੱਚ। ਅਰਦਾਸ ਦਾ ਮਤਲਬ ਹੈ ਆਪਣੇ ਗੁਰੂ ਸਾਹਿਬ ਨਾਲ ਬਚਨ ਕਰਨੇ ਸਿੱਖ ਨੇ। ਅਰਦਾਸ ਭਗਤੀ ਦਾ ਸਾਧ ਸੰਗ ਜੀ ਕੋਈ ਤੋੜ ਨਹੀਂ ਸ੍ਰਿਸ਼ਟੀ ਦੇ ਵਿੱਚ। ਜਿੰਨੀ ਤਪ ਤਿਆਗ ਸਾਧਨਾ ਜਪ ਤਪ, ਸਭ ਤੋਂ ਸ਼੍ਰੋਮਣੀ ਅਰਦਾਸ ਸਾਧਨ ਹੈ। ਵਾਹਿਗੁਰੂ ਦੇ ਬਹੁਤ ਨੇੜੇ ਲਿਜਾਣ ਦਾ ਸਾਧਨ ਅਰਦਾਸ ਭਗਤੀ ਹੈ। ਇਸ ਕਰਕੇ
ਅਰਦਾਸ ਕੀਤੀ, ਮਹਾਰਾਜ ਮੇਰੀ ਲੱਜਿਆ ਰੱਖੋ, ਮੇਰੀ ਵੀ ਪੱਤ ਢੱਕੋ। ਉਮੇਂ ਇਹ ਲੱਕੜ ਦੀ ਤਲਵਾਰ ਨੂੰ ਅੱਜ ਫਲਾਦ ਦਾ ਸ਼ਸਤਰ ਬਣਾ ਦਿਓ, ਜੇ ਨਾ ਬਣਾਇਆ ਤਾਂ ਲੱਕੜ ਦੀ ਤਲਵਾਰ ਵੇਖ ਕੇ ਕਰਹਿ ਮੁਗਲ ਮੇਰੀ ਤਬਹਾਨ। ਇਹ ਮੁਗਲ ਮੇਰੀ ਹਾਨੀ ਵੀ ਕਰ ਸਕਦਾ ਮਹਾਰਾਜ, ਇਸ ਗੁਨਾਹ ਦੇ ਬਦਲੇ ਮੈਨੂੰ ਮਾਰ ਵੀ ਸਕਦਾ, ਸਜ਼ਾ ਦਊਗਾ ਨਾ, ਵੀ ਤੂੰ ਵਫਾਦਾਰੀ ਨਹੀਂ ਨਿਭਾਈ, ਤੂੰ ਮੌਤ ਦਾ ਹੱਕਦਾਰ ਹੈ। ਦੂਜਾ, ਜੇ ਮਾਰਿਆ ਨਾ ਤਾਂ ਭਰੀ ਸਭਾ ਦੇ ਵਿੱਚ ਅਪਮਾਨ ਵੀ ਸਭ ਤੋਂ ਵੱਧ ਮੇਰਾ ਹੀ ਹੋਏਗਾ, ਮੇਰੀ ਇੱਜ਼ਤ ਦੀ ਹਾਨੀ ਹੋ ਜਾਏਗੀ, ਇੱਜ਼ਤ ਖੁਸ ਜਾਏਗੀ ਅੱਜ ਮੇਰੇ ਕੋਲੋਂ, ਇੱਜ਼ਤ ਖਵਾ ਕੇ ਬੈਠ ਜਾਵਾਂਗਾ। ਮਨ ਹੀ ਮਨ ਹੈ ਮਨਾਵਤ ਗੁਰ ਕੋ, ਮਨਾ ਰਿਹਾ ਗੁਰੂ ਸਾਹਿਬ ਨੂੰ ਅਰਦਾਸਾਂ ਬੇਨਤੀਆਂ ਕਰਕੇ, ਜੋਦੜੀਆਂ ਬਹਿਲ ਰਹੇ ਨਾ ਧੀਰਜ ਔਰ ਕੋ, ਹਿਰਦਾ ਕੰਬ ਰਿਹਾ, ਧੀਰਜ ਨਹੀਂ ਐਡੇ ਵੱਡੇ ਸੂਰਮੇ ਦੇ ਹਿਰਦੇ ਵਿੱਚ ਜਿਹਦੇ ਨਾਂ ਤੋਂ ਵੈਰੀ ਕੰਬਦੇ ਸਨ। ਤਬ ਸਤਿਗੁਰ ਨਿਜ ਦਾਸ ਵਿਚਾਰਾ, ਹੁਣ ਮੇਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅੰਮ੍ਰਿਤਸਰ ਸਾਹਿਬ ਅਰਦਾਸ ਪਹੁੰਚ ਗਈ। ਗੁਰੂ ਸਾਹਿਬ ਕੋਲ ਅਰਦਾਸ ਪਹੁੰਚਣ ਲੱਗਿਆਂ ਦੇਰ ਥੋੜ੍ਹੋ ਲੱਗਦੀ ਹੈ, ਕੋਈ ਰੋਕ ਸਕਦਾ? ਅਰਦਾਸ ਪਹੁੰਚ ਗਈ ਮਹਾਰਾਜ ਦੇ ਚਰਨਾਂ 'ਚ, ਪਹੁੰਚਾਉਣ ਵਾਲਾ ਹੋਵੇ ਪਹੁੰਚਦੀ ਹੈ। ਐਵੇਂ ਨਹੀਂ ਕਿਹਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਜਨ ਬਣ ਕੇ ਅਰਦਾਸ ਹੀ ਨਹੀਂ ਹੁੰਦੀ, ਪੂਰੀ ਕਿੱਥੋਂ ਹੋਵੇ? ਬਣ ਜਾਏ ਤਾਂ ਭਾਈ ਤਲੋਕੇ ਮੰਗੂ ਪਹੁੰਚ ਵੀ ਜਾਂਦੀ ਹੈ। ਤੋ ਵਿਚਾਰਿਆ ਮਨ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੇ ਕਿ ਮੇਰਾ ਸਿੱਖ ਹੈ, ਸਾਨੂੰ ਯਾਦ ਕਰ ਰਿਹਾ ਹੈ। ਭਾਇ ਸਹਾਇ ਕਲਾਏ ਨਾ ਬਾਰਾ, ਵਾਹ ਸਿੰਘ ਜੀ ਚੁਟਕੀ ਨਹੀਂ ਲਾਈ, ਖਿਨ ਨਹੀਂ ਲਾਇਆ, ਉਸੇ ਵਕਤ ਹੀ ਮਹਾਰਾਜ ਪਹੁੰਚ ਗਏ ਸਹਾਇਤਾ ਕਰਨ ਵਾਸਤੇ ਭਗਤ ਦੀ, ਆਪਣੇ ਪਿਆਰੇ ਸਿੱਖ ਦੀ। ਜਦ ਸਭ ਕੇ ਮਖੜਕ ਬਿਲੋਕੇ, ਜਦੋਂ ਸਾਧ ਸੰਗਤ ਜੀ ਉਹ ਨਾ ਇਕੱਲੇ ਇਕੱਲੇ ਦੀ ਤਲਵਾਰ ਵੇਖੀ ਜਾਂਦਾ ਕੋਲੇ ਸੱਦ ਕੇ, ਭਾਈ ਤਲੋਕਾ ਉੱਠ ਨਹੀਂ ਰਿਹਾ, ਉਹਨੂੰ ਸ਼ੰਕਾ ਆ ਗਈ ਮਨ ਵਿੱਚ ਕਿ ਇਹ ਕਿਉਂ ਨਹੀਂ ਉੱਠਦਾ, ਜ਼ਰੂਰ ਕੋਈ ਕਾਰਨ ਹੈ। ਸਾਰਿਆਂ ਦੇ ਵੇਖ ਲਏ, ਭਾਈ ਤਲੋਕੇ ਨੇ ਅਜੇ ਮਾਨ ਵਿੱਚੋਂ ਨਹੀਂ ਕੱਢੀ। ਕਹਿਓ ਕਿ ਤੂੰ ਪੀ ਦਿਖਾਓ ਤਲੋਕੇ, ਫਿਰ ਮੁਗਲ ਨੂੰ ਕਹਿਣਾ ਪਿਆ, ਆਪ ਕਹਿਣ ਲੱਗਾ, ਹੇ ਤਲੋਕੇ ਸਰਦਾਰ, ਤੂੰ ਕਿਉਂ ਨਹੀਂ ਆਪਣੀ ਤਲਵਾਰ ਕੱਢ ਕੇ ਮਾਨ ਵਿੱਚੋਂ ਵਿਖਾਉਂਦਾ, ਤੂੰ ਵੀ ਵਿਖਾ ਦੇ। ਕਿਸ ਪ੍ਰਕਾਰ ਕੋ ਰਾਖਤ ਪਾਸ, ਕਿਸ ਤਰ੍ਹਾਂ ਦਾ ਸ਼ਸਤਰ ਤੂੰ ਕੋਲੇ ਰੱਖਦਾ ਹੈ ਵਧੀਆ, ਕੋ ਤਕਮਾ ਕਰ ਹੈ ਨਿਰਜਾਸ, ਤੇਰੇ ਕੋਲੇ ਕਿਹੜੇ ਤਗਮੇ ਵਾਲੀ ਤਲਵਾਰ ਹੈ, ਭਾਵ ਤੇਰੀ ਤਲਵਾਰ ਉੱਤੇ ਕਿਹੜੇ ਦੇਸ਼ ਦੀ, ਕਿਹੜੀ ਫੈਕਟਰੀ ਦੀ, ਕਿਹੜੀ ਕੰਪਨੀ ਦੀ ਮੋਹਰ ਲੱਗੀ ਹੋਈ ਹੈ? ਜਿਵੇਂ ਸਾਧ ਸੰਗਤ ਜੀ ਵਿਲਾਇਤੀ ਜਿਹੜੇ ਸ਼ਸਤਰ ਹੈ ਉਹਨਾਂ 'ਤੇ ਵਿਲਾਇਤ ਦੀਆਂ ਮੋਹਰਾਂ, ਬਹੁਤ ਸੁੰਦਰ ਸ਼ਸਤਰ ਬਣੇ ਅੰਗਰੇਜ਼ ਕਾਲ ਦੇ, ਵਿਰਲੇ ਵਿਰਲੇ ਸਿੰਘਾਂ ਕੋਲ ਉਹਨਾਂ ਦੇ ਦਰਸ਼ਨ ਹੁੰਦੇ ਹੈ, ਬਹੁਤ ਹੀ ਉਹਦੇ ਵਿੱਚ ਗੁਣ ਹਨ। ਕਿਉਂ ਇਰਾਨੀ ਤੁਰਕਾਨੀ, ਇਹ ਤਲਵਾਰਾਂ ਦੇ ਨਾਮ ਹੈ, ਤਲਵਾਰਾਂ ਦੇ ਸ਼ਸਤਰਾਂ ਦੀਆਂ ਵੱਖ ਵੱਖ ਕਿਸਮਾਂ ਨੂੰ ਸ਼ਸਤਰਾਂ ਦੇ ਪਾਰਖੂ ਜਾਣਦੇ ਹੈ। ਕਹਿਣ ਲੱਗਾ ਵੀ ਤੇਰੇ ਕੋਲ ਕਿਹੜੇ ਦੇਸ਼ ਦੀ ਤਲਵਾਰ ਹੈ, ਕਿਹੜਾ ਤਗਮਾ, ਕਿਹੜੀ ਮੋਹਰ ਲੱਗੀ ਹੋਈ ਹੈ, ਮੈਂ ਵੀ ਦੇਖ ਲਵਾਂ ਨਿਰਣਾ ਕਰਕੇ। ਕਹਿਓ ਤਲੋਕੇ ਤਕਮਾ ਗੁਰ ਕੋ, ਭਾਈ ਤਲੋਕਾ ਖੜਾ ਹੋ ਗਿਆ, ਕਹਿੰਦਾ ਸਰਦਾਰ ਮੇਰੇ ਕੋਲ ਮੇਰੇ ਗੁਰੂ ਦਾ ਤਗਮਾ,
ਮੇਰੇ ਕੋਲੇ ਮੇਰੇ ਗੁਰੂ ਦੀ ਮੋਹਰ ਹੈ, ਮੇਰੀ ਤਲਵਾਰ ਦੇ ਉੱਤੇ ਲੱਗੀ ਹੋਈ ਧੰਨ ਗੁਰੂ ਅਰਜਨ ਦੇਵ ਜੀ ਦੀ ਮੋਹਰ। ਖੜਗ ਪਰ ਨਹੀਂ ਅਪਰ ਕੋ, ਮੇਰੇ ਖੜਗ ਉੱਤੇ ਕਿਸੇ ਬੰਦਿਆਂ ਦੀਆਂ ਫੈਕਟਰੀਆਂ ਦੀ, ਕਿਸੇ ਦੇਸ਼ਾਂ ਦੇ ਰਾਜਿਆਂ ਦੀਆਂ ਰਾਜਧਾਨੀਆਂ ਵਿੱਚ ਬਣੀਆਂ ਤਲਵਾਰਾਂ ਦੀ ਮੋਹਰ ਨਹੀਂ ਲੱਗੀ ਹੋਈ। ਸਿੱਖ ਨੂੰ ਵੀ ਮਹਾਰਾਜ ਖਬਰ ਦੇ ਦਿੰਦੇ ਆ, ਪਤਾ ਲੱਗ ਜਾਂਦਾ ਵੀ ਆ ਗਏ ਤੇਰੇ ਕੋਲੇ, ਭਰੋਸਾ ਹੋ ਗਿਆ ਮਹਾਰਾਜ ਕੋਲੇ ਖੜੇ ਆ ਗੁਰੂ ਅਰਜਨ ਦੇਵ ਜੀ। ਕਹਿੰਦਾ ਮੇਰੇ ਕੋਲੇ ਮੇਰੇ ਗੁਰੂ ਦੀ ਮੋਹਰ ਹੈ, ਮੇਰੀ ਤਲਵਾਰ ਉੱਤੇ ਮੇਰੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਿਸ਼ਾਨ ਲੱਗਾ ਹੋਇਆ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਪੰਜਾ ਲਾਇਆ ਸੀ। ਜਸ ਸਤਿਗੁਰ ਨੇ ਦੀਨ ਸਮੋਹੀ, ਕਹਿੰਦਾ ਹੇ ਸਰਦਾਰ ਜਿਹੋ ਜੀ ਤਲਵਾਰ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਦਿੱਤੀ ਆ, ਹੁਣ ਆਪਣੀ ਨਹੀਂ ਨਾ ਗੱਲ, ਆਪਣੀ ਤਾਂ ਗਈ ਨਾ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹਿ ਸਰੈ, ਜਾਂ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਰਜ ਸਵਾਰ ਆਏ। ਐਂ ਕਾਰਜ ਸਵਾਰਦਾ ਰੱਬ ਜਦੋਂ ਮੇਰੀ ਛੱਡ ਦੇਵੇ, ਉਹਨਾਂ ਚਿਰ ਨਹੀਂ। ਉਸ ਵਕਤ ਕਹਿਣ ਲੱਗਾ ਮੇਰੇ ਸਤਿਗੁਰੂ ਨੇ ਜਿਹੋ ਜੀ ਮੈਨੂੰ ਦਿੱਤੀ ਹੈ, ਕਹਿੰਦਾ ਮਿਆਨ ਚੋਂ ਕੱਢ ਕੇ ਉਹੀ ਤੈਨੂੰ ਦਿਖਾਵਾਂਗਾ ਭਰੀ ਸਭਾ ਵਿੱਚ। ਵਾਹਿਗੁਰੂ ਕਹਿ ਖੈਂਚ ਨਕਾਰਾ, ਆਖੋ ਭਾਈ ਵਾਹਿਗੁਰੂ। ਭਾਈ ਤਲੋਕੇ ਨੇ ਮਿਆਨ ਵਿੱਚੋਂ ਵਾਹਿਗੁਰੂ ਕਹਿ ਕੇ ਤਲਵਾਰ ਕੱਢੀ ਤੇ ਸੱਜੇ ਹੱਥ ਵਿੱਚ ਫੜ ਲਈ। ਨਿਕਸੇ ਭਇਓ ਪ੍ਰਕਾਸ਼ ਉਦਾਰਾ, ਇੰਨਾ ਪ੍ਰਕਾਸ਼ ਹੋ ਗਿਆ ਸਾਰਿਆਂ ਦੀਆਂ ਅੱਖਾਂ ਚੰਦੇ ਆ ਗਈਆਂ ਸਾਰੀ ਸਭਾ ਦੇ ਵਿੱਚ। ਇਹ ਗੁਰੂ ਦੀ ਕਲਾ, ਗੁਰੂ ਦੀ, ਇਹਨੂੰ ਕਹਿੰਦੇ ਗੁਰੂ ਦੀ ਸ਼ਕਤੀ ਵਰਤਦੀ ਆ। ਉਹ ਮੂਰਖੋ ਅੱਜ ਗੁਰੂ ਦੀ ਸ਼ਕਤੀ 'ਤੇ ਵੀ ਅਟੈਕ ਕਰ ਰਹੇ ਆ ਸ਼ੰਕਾਵਾਦੀ, ਸਿੱਖੋ ਤੁਹਾਡੇ ਭਰੋਸੇ ਨੂੰ ਤੋੜ ਰਹੇ ਹੈ। ਗੁਰੂ ਦੀ ਸ਼ਕਤੀ ਅੱਠੇ ਪੈਰ ਵਰਤਦੀ ਹੈ, ਅੱਜ ਤੁਹਾਡੀ ਸ਼ਰਧਾ ਅਤੇ ਵਿਸ਼ਵਾਸ ਨੂੰ ਇਹ ਲੋਕ ਢਾਹ ਲਾ ਰਹੇ ਆ, ਬਚੋ ਇਹਨਾਂ ਤੋਂ ਜਿੰਨਾ ਵੀ ਬਚਿਆ ਜਾਂਦਾ। ਗੁਰੂ ਦੀ ਸ਼ਕਤੀ ਹੈ, ਇਹ ਗੁਰੂ ਦੀ ਕਰਾਮਾਤ ਹੈ, ਇਹਨੂੰ ਕਰਾਮਾਤ ਹੈ, ਗੁਰੂ ਦਾ ਕ੍ਰਿਸ਼ਮਾ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦੀ ਤਲਵਾਰ ਇਉਂ ਚਮਕੀ ਜਿਵੇਂ ਹਜ਼ਾਰਾਂ ਸੂਰਜ ਚਮਕਦੇ ਆ ਧਰਤੀ 'ਤੇ। ਅਸ ਤੀਖਣ ਧਾਰਾ ਅਸ ਕੇਰੀ, ਇੰਨੀ ਤਿੱਖੀ ਧਾਰ ਹੈ ਉਸ ਤਲਵਾਰ ਦੀ ਸਾਧ ਸੰਗਤ ਜੀ। ਨਹੀਂ ਅਪਰ ਕੇ ਇਸ ਬਦਹੇਰੀ, ਮੁਗਲ ਨੇ ਵੇਖਿਆ ਕਿ ਇਹੋ ਜਿਹੀ ਤਲਵਾਰ ਤਾਂ ਮੇਰੇ ਕਿਸੇ ਵੀ ਸਿਲੇ ਖਾਨੇ 'ਚ ਨਹੀਂ। ਸ਼ਸਤਰ ਜਿੱਥੇ ਸ਼ਸਤਰ ਹੁੰਦੇ ਆ ਉਹਨੂੰ ਸਿਲੇ ਖਾਨਾ ਕਿਹਾ ਜਾਂਦਾ। ਤੋਸ਼ੇ ਖਾਨੇ ਵਿੱਚ ਕੀਮਤੀ ਵਸਤੂਆਂ ਵੀ ਹੁੰਦੀਆਂ ਹਨ, ਧਨ ਵੀ ਹੁੰਦਾ ਹੈ, ਹੀਰੇ ਜਵਾਹਰਾਤ ਵੀ ਹੁੰਦੇ ਹੈ। ਕਹਿੰਦਾ ਐਸਾ ਸਿਲੇ ਖਾਨਾ ਤਾਂ ਮੇਰੇ ਪਾਸ ਵੀ ਐਸਾ ਸ਼ਸਤਰ ਨਹੀਂ ਹੈ ਜੈਸਾ ਭਾਈ ਤਲੋਕੇ ਕੋਲੇ ਹੈ। ਮੁਗਲ ਬਿਸਾਲਾ, ਮੁਗਲ ਅੰਦਰੋਂ ਤਾਂ ਸਾਧ ਸੰਗਤ ਜੀ ਭਾਈ ਤਲੋਕੇ ਲਈ ਉਹਦੀ ਭਾਵਨਾ ਚੰਗੀ ਸੀ, ਮਾੜੀ ਨਹੀਂ ਸੀ। ਸ਼ੰਕਾ ਆ ਗਈ, ਸ਼ੰਕਾ ਆਉਣੀ ਸੁਭਾਵਿਕ ਹੈ, ਦੂਰ ਹੋ ਗਈ, ਮਨ ਸ਼ੁੱਧ ਹੋ ਗਿਆ। ਜਿਹੜਾ ਬੰਦਾ ਜਾਣ ਬੁੱਝ ਕੇ ਮਨ ਵਿੱਚ ਕਪਟ ਰੱਖੇ ਨਾ, ਉਹ ਹੁੰਦਾ ਈਰਖਾਲੂ, ਈਰਖਾ ਦਾ ਭਰਿਆ ਹੋਇਆ, ਦਵੈਸ਼ ਦਾ ਭਰਿਆ ਹੋਇਆ। ਜੇ ਸ਼ੰਕਾ ਆ ਗਈ, ਦੂਰ ਕਰ ਦਿੱਤੀ, ਮਨ ਸਾਫ਼ ਕਰ ਲਓ, ਬਸ ਠੀਕ ਹੈ। ਜੇ ਫਿਰ ਵੀ ਕਰੋਂਗੇ ਫਿਰ ਪਾਪੀ ਹਾਂ ਆਪਾਂ। ਸੋ ਇਸ ਕਰਕੇ ਮੁਗਲ ਇੰਨਾ ਪ੍ਰਸੰਨ ਹੋਇਆ ਭਾਈ ਤਲੋਕੇ 'ਤੇ। ਦੁਗਨਾ ਰੋਜ਼ ਕਰਿਓ ਤਿਸ ਕਾਲਾ, ਕਹਿੰਦਾ ਅੱਗੇ ਤਾਂ ਤੈਨੂੰ 50 ਦਮੜੇ 50 ਰੁਪਏ ਦਿੰਦਾ ਸੀ, ਅੱਜ ਤੋਂ ਤੈਨੂੰ 100 ਦਮੜਾ ਰੋਜ਼ ਦਾ ਦਿਆ ਕਰਾਂਗਾ। ਦੁੱਗਣਾ ਰੋਜ਼ੀਨਾ ਕਰ ਦਿੱਤਾ ਹੈ, ਇੰਨਾ
ਮਨ ਵਿੱਚ ਪ੍ਰਸੰਨ ਹੋਇਆ। ਕਿਉਂ ਹੋਇਆ? ਗੁਰੂ ਅਰਜਨ ਦੇਵ ਜੀ ਦੀ ਕਿਰਪਾ, ਉਹਨਾਂ ਦਾ ਕ੍ਰਿਸ਼ਮਾ ਵਾਪਰਿਆ ਹੈ। ਦੰਡ ਦਿਓ ਤਿਸ ਚੁਗਲ ਉਦਾਰਾ, ਉਸ ਚੁਗਲ ਨੂੰ ਵੀ ਬੜੀ ਭਾਰੀ ਸਜ਼ਾ ਦਿੱਤੀ, ਦੇਣੀ ਚਾਹੁੰਦਾ ਸੀ ਮਨ ਵਿੱਚ। ਮੁਖ ਕਾਰਾ ਕਰ ਵਹਿਰ ਨਿਕਾਰਾ, ਕਾਲਾ ਮੂੰਹ ਕਰਕੇ ਤਵਾ ਲੈ ਕੇ ਨਾ ਚੰਗੀ ਤਰ੍ਹਾਂ ਤੇਲ ਰਲਾ ਕੇ ਕਾਲਸ ਵਿੱਚ ਮੂੰਹ ਕਾਲਾ ਕਰਕੇ ਧੱਕੇ ਮਾਰ ਕੇ ਕੱਢਿਆ ਦਰਬਾਰ ਵਿੱਚੋਂ ਪਾਪੀ। ਅਤ ਸ਼ਰਧਾ ਧਰ ਸਤਿਗੁਰ ਮਾਹੀ, ਨਿੰਦਕ ਕਾ ਮੁਖ ਕਾਲਾ ਕੀਨੋ, ਦੀਨ ਦੁਨੀਆ ਕੈ ਦਰਬਾਰ। ਇਸ ਕਰਕੇ ਭਾਈ ਤਲੋਕੇ ਦੇ ਮਨ ਵਿੱਚ ਹੋਰ ਸ਼ਰਧਾ ਗੁਰੂ ਦਾ, ਇਹ ਗੁਰੂ ਦੀ ਬਖਸ਼ਿਸ਼ ਵੇਖ ਕੇ ਸਿੱਖ ਦਾ ਹੋਰ ਵਿਸ਼ਵਾਸ ਦੁੱਗਣਾ ਚੌਣਾ ਵਧਣਾ ਚਾਹੀਦਾ। ਮਨ ਵਿੱਚ ਬਹੁਤੀ ਸ਼ਰਧਾ ਹੋਈ। ਕਿਤਕ ਦਿਨ ਮੈਂ ਆਇਓ ਪਾਹੀ, ਕਿੰਨੇ ਕੁ ਦਿਨਾਂ ਬਾਅਦ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਭਾਈ ਜੀ। ਧੰਨ ਧੰਨ ਕੈ ਚਰਨੀ ਪਰਿਓ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਸੱਚੇ ਪਾਤਸ਼ਾਹ ਜੀ। ਕਹਿੰਦਿਆਂ ਵੈਰਾਗ ਵਿੱਚ ਭਾਈ ਸਾਹਿਬ ਦੀ ਧਾਰ ਨਿਕਲ ਗਈ ਸਤਿਗੁਰੂ ਜੀ ਦੇ ਸ਼ੁਕਰਾਨੇ ਵਿੱਚ, ਨੇਤਰਾਂ ਵਿੱਚ ਜਲ ਚੱਲ ਗਿਆ, ਚਰਨਾਂ ਤੇ ਢਹਿ ਗਿਆ, ਚਰਨਾਂ ਵਿੱਚ ਪੈ ਗਿਆ। ਪ੍ਰਸੰਗ ਸੁਣਾਵਨ ਕਰੇ, ਸਾਰਾ ਪ੍ਰਸੰਗ ਗੁਰੂ ਸਾਹਿਬ ਤਾਂ ਜਾਣਦੇ ਸੀ ਪਰ ਸੰਗਤ ਨੂੰ ਸੁਣਾਈ ਸਾਰੀ ਵਾਰਤਾ। ਸੁਣਤ ਸਭਾ ਮੈਂ ਸਤਿਗੁਰ ਕਹੇ, ਸੁਣ ਕਰਕੇ ਸਭਾ ਵਿੱਚ ਫਿਰ ਸਤਿਗੁਰੂ ਜੀ ਨੇ ਬਚਨ ਕੀਤਾ। ਜਦੋਂ ਸਾਰਾ ਪ੍ਰਸੰਗ ਭਾਈ ਤਲੋਕਾ ਜੀ ਨੇ ਸੁਣਾਇਆ, ਦਇਆ ਕਰਨ ਪ੍ਰਣ ਤੈ ਨਿਰਬਹਿਓ, ਆਖੋ ਸੰਗਤ ਜੀ ਵਾਹਿਗੁਰੂ। ਮਹਾਰਾਜ ਕਹਿੰਦੇ ਤੂੰ ਦਇਆ ਕਰਨ ਦਾ, ਇੱਕ ਵਾਰੀ ਤੇਰੇ ਤੋਂ ਗੁਨਾਹ ਹੋ ਗਿਆ ਪਰ ਤੂੰ ਦਇਆ ਕਰਨ ਦਾ ਸਾਡੇ ਚਰਨਾਂ ਦੇ ਵਿੱਚ ਜਿਹੜਾ ਪ੍ਰਣ ਕੀਤਾ ਸੀ ਪੂਰਾ ਨਿਭਾ ਦਿੱਤਾ। ਸਿੱਖ ਪ੍ਰਣ ਕਰ ਲਵੇ ਪੂਰਾ ਨਿਭ ਜਾਏ। ਮਹਾਰਾਜ ਕਹਿੰਦੇ ਤੂੰ ਪ੍ਰਣ ਨਿਭਾ ਲਿਆ, ਜੋ ਬਚਨ ਕੀਤਾ ਸੀ ਪੂਰਾ ਕੀਤਾ, ਸਿਰ ਤੋੜ। ਕਿਉਂ ਨਾ ਹੋਏ ਤਬ ਗੁਰੂ ਸਹਾਈ, ਕਹਿੰਦੇ ਫਿਰ ਤੇਰੀ ਗੁਰੂ ਸਾਹਿਬ ਕਿਉਂ ਨਾ ਸਹਾਇਤਾ ਕਰਦੇ। ਸਿੱਖ ਗੁਰੂ ਦਾ ਬਚਨ ਮੰਨ ਲਵੇ, ਗੁਰੂ ਕਿਉਂ ਨਹੀਂ ਸਹਾਇਤਾ ਕਰੇਗਾ, ਜ਼ਰੂਰ ਆਪਣੇ ਸਿੱਖ ਦੀ ਰੱਖਿਆ ਕਰੇਗਾ, ਸਹਾਇਤਾ ਕਰੇਗਾ। ਗੁਰਬਾਣੀ ਮਨ ਮਾਨ ਕਮਾਈ, ਸਾਧ ਸੰਗਤ ਜੀ ਆਪਾਂ ਕੋਈ ਬਚਨ ਕਮਾਉਣ ਜੋਗੇ ਨਹੀਂ, ਆਪਾਂ ਤਾਂ ਇਹੀ ਅਰਦਾਸ ਕਰੀਏ ਮਹਾਰਾਜ ਨਾਮ ਧਰੀਕ ਸਿੱਖ ਹੈ ਤੁਹਾਡੇ, ਨਾਮ ਰੱਖੋ ਨਿਜ ਨਾਮੈ ਕੀ, ਲਾਜ ਰੱਖੋ ਨਿਜ ਨਾਮੈ ਕੀ, ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਆਪਣੇ ਨਾਮ ਦੀ ਲੱਜਿਆ ਰੱਖ ਲਓ। ਮਹਾਰਾਜ ਅਸੀਂ ਤਾਂ ਤੁਹਾਡਾ ਕੋਈ ਬਚਨ ਮੰਨਣ ਜੋਗੇ ਵੀ ਨਹੀਂ, ਇੰਨੇ ਅਸੀਂ ਮਹਾਰਾਜ ਨੀਚ ਤੁੱਛ ਬੁੱਧੀ ਦੇ ਮਾਲਕ ਹਾਂ, ਕਿਰਪਾ ਹੀ ਕਰਿਓ ਮਹਾਰਾਜ ਸਾਡੇ ਉੱਤੇ। ਇਹੀ ਆਪਾਂ ਤਾਂ ਅਰਦਾਸ ਕਰਨੀ ਆਪਣੇ ਸਤਿਗੁਰੂ ਕੋਲੇ, ਆਪਣੇ ਕੋਲੇ ਕੀ ਦਾਵਾ ਸਾਧ ਸੰਗਤ ਜੀ, ਕੋਈ ਦਾਵਾ ਨਹੀਂ, ਨਾ ਸਾਡੇ ਕੋਲੇ ਜਪ ਹੈ, ਨਾ ਕੋਈ ਸਾਡੇ ਕੋਲੇ ਤਪ ਹੈ, ਨਾ ਗੁਰੂ ਦੀ ਰਹਿਣੀ ਹੈ। ਇਹ ਤਾਂ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਦਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਐਂ ਬੇਨਤੀਆਂ ਕਰਦੇ ਰਹੀਏ, ਆਪੇ ਮਹਾਰਾਜ ਸਾਡੀ ਬਾਂਹ ਫੜਨਗੇ, ਆਪ ਹੀ ਸਹਾਇਤਾ ਕਰਨਗੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਭਾਈ ਜਿਹੜਾ ਗੁਰੂ ਦੇ ਬਚਨ ਨੂੰ ਮੰਨ ਕੇ ਮਨ ਬਾਣੀ ਕਰਕੇ ਭਾਈ ਕਮਾਉਂਦਾ ਹੈ, ਗੁਰੂ ਸਾਹਿਬ ਉਹਦੀ ਹਮੇਸ਼ਾ ਹੀ ਸਹਾਇਤਾ ਕਰਦੇ ਹੈ, ਉਸ ਉੱਤੇ ਬਖਸ਼ਿਸ਼ਾਂ ਕਰਦੇ ਹੈ। ਸਗਰੇ ਸਿੱਖਨ ਸੁਣਿਓ ਪ੍ਰਸੰਗ, ਸਾਰਿਆਂ ਸਿੱਖਾਂ ਨੇ ਸਾਰਾ ਪ੍ਰਸੰਗ ਸ੍ਰੀ ਅੰਮ੍ਰਿਤਸਰ ਸਾਹਿਬ
ਭਾਈ ਤਲੋਕਾ ਜੀ ਦੇ ਮੁਖਾਰ ਬਿੰਦ ਤੋਂ ਸੁਣਿਆ। ਧੰਨ ਗੁਰੂ ਕੈ ਸ਼ਰਧਾ ਸੰਗ, ਸਾਰੇ ਨੇ ਸ਼ਰਧਾ ਨਾਲ ਇੱਕੋ ਵਾਰੀ ਝੋਕੇ, ਹਜ਼ਾਰਾਂ ਹੀ ਸੰਗਤਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਆਪਾਂ ਵੀ ਨਮਸਕਾਰ ਕਰੀਏ, ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਮੈਂ ਸੰਗਤ ਨੂੰ ਬੇਨਤੀ ਕਰਾਂਗਾ ਹੁਣ, ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ ਥੋੜ੍ਹੇ ਮਿੰਟ ਤੁਹਾਡੇ ਦਰਸ਼ਨ ਕਰਨਗੇ, ਕਿਉਂਕਿ ਅਜੇ ਸਮਾਂ ਹੈ। ਫਿਰ ਅਰਦਾਸ ਹੋਏਗੀ ਸ਼੍ਰੀ ਮੁਖ ਵਾਕ ਤੋਂ, ਉਪਰੰਤ ਦੇਗ ਵਰਤੇਗੀ, ਗੁਰੂ ਮਹਾਰਾਜ ਜੀ ਦਾ ਸੁਖਾਸਨ ਹੋਏਗਾ। ਉਸ ਤੋਂ ਉਪਰੰਤ ਜੋ ਪ੍ਰੋਗਰਾਮ ਜਲ ਪਾਣੀ ਲੰਗਰ ਦਾ ਹੋਵੇ, ਉਸ ਅਨੁਸਾਰ ਸੰਗਤਾਂ ਨੇ ਬੇਨਤੀ ਪ੍ਰਬੰਧਕ ਸਿੰਘਾਂ ਦੀ ਪ੍ਰਵਾਨ ਕਰਨੀ। ਸੋ ਮੇਰੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਦਾਸ ਨੇ ਆਗਿਆ ਲੈ ਲੈਣੀ ਹੈ। ਸੋ ਸਾਧ ਸੰਗਤ ਜੀ, ਮੈਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਸਾਹਿਤ ਸਦਨ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੈ, ਤੁਹਾਡੇ ਨਗਰ ਦੀ ਸਾਰੀ ਸੰਗਤ, ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਗ੍ਰੰਥੀ ਸਾਹਿਬ ਜੀ, ਮੈਂ ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਕਰਦਾ। ਤੁਹਾਡੀ ਸੰਗਤ ਦੀ ਇੱਕ ਸੇਵਾ ਹੁੰਦੀ ਹੈ ਕਿ 6 ਜੂਨ ਨੂੰ ਜਿੰਨੇ ਮਹਾਂਪੁਰਖ ਆਉਂਦੇ ਹੈ, ਸਿੰਘ ਸਾਹਿਬਾਨ ਆਉਂਦੇ ਹੈ, ਉਹਨਾਂ ਨੂੰ ਲੰਗਰ ਛਕਾਉਣ ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਤੁਹਾਡਾ ਨਗਰ ਕਰਦਾ। ਸੋ ਭਾਈ, ਤੁਸੀਂ ਵੱਧ ਚੜ੍ਹ ਕੇ ਲੱਕ ਬੰਨ੍ਹ ਕੇ ਵੱਡੀ ਗਿਣਤੀ ਦੇ ਵਿੱਚ ਆ ਕੇ 6 ਜੂਨ ਦੇ ਸ਼ਹੀਦੀ ਸਮਾਗਮਾਂ ਵਿੱਚ ਇਹ ਸੇਵਾ ਸੰਭਾਲਣੀ ਹੈ। 6 ਜੂਨ ਨੂੰ ਵੱਧ ਤੋਂ ਵੱਧ ਸੰਗਤਾਂ ਨੇ ਪਹੁੰਚ ਕੇ ਦਰਸ਼ਨ ਕਰਨੇ ਹੈ, ਸ਼ਹੀਦਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਨੀ ਹੈ। ਮੈਂ ਸੰਤ ਬਾਬਾ ਦਰਸ਼ਨ ਸਿੰਘ ਜੀ ਘੋੜੇਵਾ, ਜਥੇਦਾਰ ਭਾਈ ਭੁਪਿੰਦਰ ਸਿੰਘ ਜੀ ਕਾਲਮਾਂ ਵਾਲੇ, ਜਥੇਦਾਰ ਬਾਬਾ ਸੁਲੱਖਣ ਸਿੰਘ ਜੀ ਮੁਰਾਦਪੁਰਾ, ਭਾਈ ਸੁੱਚਾ ਸਿੰਘ ਜੀ, ਸਭ ਦਾ ਹੀ ਮੈਂ ਰੋਮ ਰੋਮ ਕਰਕੇ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਤਨੀ ਹਾਜ਼ਰੀ ਪ੍ਰਵਾਨ ਕਰਨੀ। ਸਗਰੇ ਸਿੱਖਨ ਸੁਣਿਓ ਪ੍ਰਸੰਗ, ਧੰਨ ਗੁਰੂ ਕਹਿ ਸ਼ਰਧਾ ਸੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।